ਸਤਿ ਸ਼੍ਰੀ ਅਕਾਲ ਵਜਨ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ तमाम ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਜੀ ਉਲਟਪੋਲ ਅਨੁਕੋੜਾ ਹਾਜ਼ਰ ਹੋ ਚੁੱਕੀ ਹੈ ਤੇ ਨਾਲ ਦੀ ਕੁਰਸੀ ਤੇ ਭੱਟੀ ਜੀ ਆਹ ਦੇਖ ਸਕਦੇ ਹੋ ਤੁਸੀਂ ਹਲੇ ਤੱਕ ਆਪਣੀ ਸੈਟਿੰਗ ਹੀ ਨਹੀਂ ਲੋਟ ਆਉਂਦੀ ਇਹਨਾਂ ਦੀ ਮੈਂ ਕੱਪੜੀ ਜੇ ਸੈੱਟ ਕਰਦੇ ਫਿਰ ਮਗਰੋਂ ਬੈਠੇ ਹੱਥ ਜੇ ਮਾਰੀ ਜਾਂਦੇ ਹੁੰਦੇ ਆ ਬਈ ਆਹ ਸੈੱਟ ਕਰ ਲਓ ਆਹ ਸੈੱਟ ਕਰ ਲਓ ਤੇ ਬੰਦਾ ਪਹਿਲਾਂ ਕਰਕੇ ਬੈਜੇ ਸਤਿ ਸ਼੍ਰੀ ਅਕਾਲ ਆਉਂਦੀ ਲੜਦ ਨੂੰ ਪਹਿਜਿਆ ਕਰੋ ਸਤਿ ਸ਼੍ਰੀ ਅਕਾਲ ਤਾਂ ਬੁਲਾ ਲਓ ਪਹਿਲਾਂ ਤੁਸੀਂ ਲੜਨ ਨੂੰ ਤਾਂ ਲੋਕ ਹੋਏ ਪਏ ਸੀਗੇ ਹੂੰ ਵੀ ਮੇਉ ਨਹੀਂ ਹਟਦੇ ਸੀਗਾ ਵੀ ਨੀਲਾ ਕਹਿੰਦਾ ਵੀ ਜੇ ਇਹ ਤਾਂ ਮੈਂ ਟੱਕਨ ਰੱਖਦਾ ਤੇ ਫਿਰ ਮੀਂਹ ਪੈ ਜਾਂਦਾ ਜੇ ਮੈਂ ਟੱਕਨ ਚੱਕਦਾ ਤੇ ਮੀਂਹ ਬੰਦ ਹੋ ਜਾਂਦਾ ਤੇ ਹੁਣ ਉਹ ਪਤਾ ਨਹੀਂ ਪੁੱਠਾ ਸੀਗਾ ਕਿ ਮਤਲਬ ਹੋ ਸਕਦਾ ਵੀ ਪੁੱਠੇ ਪਾਸੇ ਜਿਹਨੂੰ ਹੋਵੇ ਵੀ ਰੱਖਦਾ ਹੋਵੇ ਤੇ ਮੀਂਹ ਪੈ ਜਾਵੇ ਮੇਰੇ ਰੱਖ ਕੇ ਭੁੱਲ ਗਿਆ ਸੀ ਗਾਇਤ ਕਿ ਨੀਲਾ ਹੁਣ ਸਮਝ ਜੀ ਨਹੀਂ ਆਈ ਕਹਿੰਦੇ ਵੀ ਫੜ ਲੈਣਾ ਸੀ ਨੀਲਾ ਲੋਕਾਂ ਨੇ ਪਰ ਹੁਣ ਕਹਿੰਦੇ ਮੌਸਮ ਵਿਭਾਗ ਕਹਿੰਦਾ ਵੀ ਨਾ ਹੁਣ ਨਹੀਂ ਮੀਂਹ ਪੈਂਦਾ ਅੱਛਾ ਚੱਟ ਮਤਲਬ ਠੀਕ ਹੋ ਜਾ ਤੁਸੀਂ ਸਾਰੇ ਹੁਣ ਚੁੱਪ ਚਾਪ ਮੇਰੀ ਮੇਰੀ ਅਪੀਲ ਤੇ ਇੰਨਾ ਤੁਹਾਨੂੰ ਧਿਆਨ ਦੇਣ ਲਈ ਬਹੁਤ ਬਹੁਤ ਧੰਨਵਾਦ ਹੁਣ ਮੈਂ ਪਤ ਮੇਲਾ ਨਹੀਂ ਲਾਗਦਾ ਹੁਣ ਕਿਤੇ ਹੈ ਨੀਲਾ ਵੀ ਕਰਦਾ ਹੋ ਸਕਦਾ ਹੁਣ ਮੇਲਾ ਤਾਂ ਬੇਚਾਰਾ ਅਪਸਲੀ ਸਜਿਆ ਉਹ ਜਿਆਦਾ ਹੀ ਲੈਸਾ ਕਿਤੇ ਮੈਨੂੰ ਆਪਦੇ ਵਰਗਾ ਕਰ ਲਾ ਨੀ ਲਿਆ ਨਾ ਜੈਲਸ ਕਰ ਮੇਰੇ ਮਟਾਪੇ ਤੋਂ ਚਲੋ ਬਸ ਅੱਛਾ ਤੁਸੀਂ ਬੜਾ ਉਹ ਹੁੱਬ ਕੇ ਕਹਿੰਦੇ ਸੀਗੇ ਨਾ ਵੀ ਉਹ ਕਿਹੜਾ ਗਾਣਾ ਸੀਗਾ ਵੀਰ ਸੁਖ ਹਾਂ ਵੀਰ ਸੁਖ ਵੀਰ ਓਏ ਹੋਏ ਬਦਲੇਗੀ ਭਾਈ ਬਦਲੇਗੀ ਪੰਜਾਬ ਦੀ ਏ ਤਕਦੀਰ ਪ੍ਰੋਮੋਸ਼ਨ ਨਾ ਨਹੀਂ ਕਰਦੀ ਇੱਥੇ ਬੈਠ ਕੇ ਪ੍ਰੋਮੋਸ਼ਨ ਨਹੀਂ ਕਰਾ ਵੀ ਗਾਣਾ ਮੈਨੂੰ ਬੜਾ ਘੈਂਟ ਲੱਗਦਾ ਅਸੀਂ ਮੈਂ ਜਿੰਨੀਆਂ ਜਾਣੇ ਨੂੰ ਸੁਣਾਇਆ ਚਾਹੇ ਕੋਈ ਕਾਂਗਰਸੀ ਹੋਵੇ ਕੋਈ ਝਾੜੂ ਵਾਲਾ ਅਗਲਾ ਹਾਂ ਦਾ ਹੋਰ ਗੱਲਾਂ ਨੇ ਅਗਲਾ ਵੀ ਗਾਣਾ ਬੜਾ ਘੈਂਟ ਹੈ ਮੈਨੂੰ ਮਿਊਜ਼ਿਕ ਅੱਛਾ ਬੀਟ ਜੀ ਅੱਛੀ ਬਣੀ ਹੋਈ ਹੈ ਗਾਣਾ ਵੀ ਸੋ ਰਾਈਮਿੰਗ ਦੇਖੋ ਕਿੰਨੀ ਘਾਟ ਬਣਾਈ ਨਾ ਜਿਹੜਾ ਮੈਂ ਗਾ ਰਿਹਾ ਸੀਗਾ ਇਹ ਦਿਲੋਂ ਨਿਕਲਦੀ ਆਵਾਜ਼ ਹੈ ਨਾ ਜਿਹੜੀ ਨਹੀਂ ਜੋ ਚੀਜ਼ ਵਧੀਆ ਵੀ ਵਧੀਆ ਆਪਾਂ ਉਹਨੂੰ ਆਪਾਂ ਨਿੰਦ ਦੇ ਦਈਏ ਤੁਸੀਂ ਕਹਿੰਦੇ ਸੀ ਉਹ ਜਿਹੜਾ ਗਾਣਾ ਆਇਆ ਸੀ ਕੇਜਰੀ ਵਾਲ ਹੈ ਵੀ ਉਹ ਵੀ ਐ ਲੱਗਦਾ ਜਿਵੇਂ ਪੁਰਾਣਾ ਜਿਹਾ ਕੋਈ ਵੀ ਇਸ ਕਰਕੇ ਮੂੰਹ ਤੇ ਨਹੀਂ ਚੜਦਾ ਇਹ ਤੁਸੀਂ ਇਹ ਜਿਹੜਾ ਬਹਾਨਾ ਜਿਹਾ ਦਿੱਤਾ ਸੀਗਾ ਪਰ ਅਗਲੇ ਕਹਿੰਦੇ ਐ ਕਿਵੇਂ ਵੀ ਅਸੀਂ ਘਟੇ ਕਿਸੇ ਨਾਲ ਵੀ ਸਾਡਾ ਸੀ ਗੀਤਕਾਰ ਉਹਦਾ ਲੈ ਆਉਣੀ ਕੋਈ ਗੱਲ ਨਹੀਂ ਉਹ ਤਾਂ ਓਦਾਂ ਦਾ ਲਿਖਾ ਲਾਂਗੇ ਸੁਰਜ ਓਦਾਂ ਦੇ ਪਵਾ ਲਾਂਗੇ ਓਦਾਂ ਗਾਵਾਂਗੇ ਅਸੀਂ ਵੀ ਅਗਲਾ ਨੇ ਵੀ ਹੁਣ ਗਾਣਾ ਕਰਤਾ ਕਿਹੜਾ ਕਰਤਾ ਕਹਿੰਦੇ ਇੱਕ ਮੌਕਾ ਦੇਣਾ ਹੁਣ ਕੇਜਰੀਵਾਲ ਨੂੰ ਇੱਕ ਮੌਕਾ ਦੇਣਾ ਪੱਗਵਾਣਾ 10 ਸਾਲ ਲੋਗਾ ਹੀ ਕੋ ਸੁਣਦਿਆਂ ਨੂੰ ਮੈਨੂੰ ਇਹ ਵੀ ਨਹੀਂ ਪਸੰਦ ਆ ਸਿੱਧੀ ਜੀ ਇੱਕ ਮਿੰਟ 10 ਸਾਲ ਉਹਨਾਂ ਨੇ ਰਾਜ ਕੀਤਾ ਸੀ ਉਹਨਾਂ ਨੇ ਜਿਹੜੇ ਗੱਲਾਂ ਵਿੱਚ ਪਾਈਆਂ ਨੇ ਉਹ ਕਰ ਲਈਆਂ ਸੀ ਹੈ ਹਾਂ ਕਰੀਆਂ ਨੇ ਜਿਹੜੀਆਂ ਚੀਜ਼ਾਂ ਦਿਖਾਈਆਂ ਨੇ ਉਹ ਉਹਨੇ ਕਰੀਆਂ ਉਹਨਾਂ ਨੇ ਸੜਕਾਂ ਦਿਖਾਈਆਂ ਸੜਕਾਂ ਪਈਆਂ ਹੋਈਆਂ ਨੇ ਵਿੱਚ ਉਹਨਾਂ ਨੇ ਆਟਾ ਦਾਲ ਵਾਲਾ ਕੰਮ ਦਿਖਾਇਆ ਉਹ ਪਿਆਰਾ ਬੰਮ ਸਿੱਟ ਕੇ ਨਹੀਂ ਨੇ ਦੇਖੇ ਸੀ ਕਿਸ ਨੇ ਤੁਹਾਨੂੰ ਬੰਬ ਸਿੱਟ ਕੇ ਤੁਸੀਂ ਸਰਕਾਰ ਤੇ ਇਲਜ਼ਾਮ ਲਵਾਦਣੇ ਸੀਗੇ ਵੀ ਬੰਬ ਸੱਟਦੇ ਫਿਰਦੇ ਆ ਇਹ ਇਹ ਅੰਤਕੀ ਹਮਲੇ ਕਰਾਉਂਦੇ ਆ ਪੰਜਾਬ ਦੇ ਵਿੱਚ ਇਹ ਚਾਹਾਂ ਜਿਹੜੀਆਂ ਪੀਕਿਆ ਹੁੰਦੇ ਨੇ ਤਾਂ ਇੱਕ ਮੌਕਾ ਦੇਣਾ ਕੇਜਰੀਵਾਲ ਨੂੰ ਚਲੋ ਇੱਕ ਲੈਣ ਉਹ ਚ ਨਵੀਂ ਸੁਣਨ ਮਿਲਿਆ ਵੀ ਇੱਕ ਮੌਕਾ ਦੇਣਾ ਭਗਵਾਨ ਜੀ ਤੁਮਾਨੂੰ ਉਹ ਨਵਾਂ ਸੁਣਨ ਮਿਲਿਆ ਇੱਕ ਮੌਕਾ ਦੇਣਾ ਕੇਜਰੀਵਾਲ ਨੂੰ ਤਾਂ ਮੈਂ 17 ਤੋਂ ਸੁਣਦਾ ਆ ਰਿਹਾ ਉਹੀ ਚੱਕ ਕਹਿੰਦੇ ਨੇ ਗਾਣੇ ਚ ਪਾਤਾ ਘੈਣ ਦੀ ਜਿੱਲੇ ਕੇ ਹੋਣੀ ਸੀ ਕਿ ਨਹੀਂ ਐਸੀ ਵੀ ਤਾਂ ਇਹ ਵੀ ਤਾਂ ਮਤਲਬ ਸਟਾਰਟਿੰਗ ਤੋਂ ਹੀ ਕਹਿੰਦੇ ਆ ਰਿਹਾ ਵੀ ਆਪਾਂ ਵੀ ਸੜਕਾ ਬਣਾ ਦਾਂਗੇ ਫਿਰ ਨਗਲੀਆਂ ਨਾਲੀਆਂ ਪੱਕੇ ਕਰਾਂਗੇ ਬਣਾਉਣੀਆਂ ਨੇ ਅਗਲੇ ਨੇ ਬਈ ਤੁਸੀਂ ਆ ਗਏ ਸਾਡੇ ਸਾਰਿਆਂ ਦੇ ਸੇਮ ਹੈ ਨੌਕਰੀ ਦਵਾਉਂਦੀਆਂ ਕਿਸ ਨੇ ਨਹੀਂ ਗਿਆ ਨੌਕਰੀਆਂ ਨਾਲੀਆਂ ਕਿਸੇ ਨੇ ਨਹੀਂ ਗਿਆ ਨੌਕਰੀਆਂ ਦਿੱਤੀਆਂ ਹੈ ਨੌਕਰੀਆਂ ਦਿੱਤੀਆਂ ਸਰਕਾਰ ਕਾਂਗਰਸ ਦੀ ਉਹ ਕਿੱਥੋਂ ਦੇ ਦੇਣਾ ਦੇ ਉਹਨਾਂ ਦੀ ਬਾਰੇ ਚ ਦਿੱਤੀਆਂ ਸੀ ਉਹਨਾਂ ਨੇ ਹਾਂ ਦਿੱਤੀਆਂ ਸੀ ਭਰਤੀ ਹੋਈ ਹੈ ਪੰਜਾਬ ਪੁਲਿਸ ਦੀ ਉਹਨਾਂ ਦੇ ਵਾਸਤੇ ਅੱਛਾ ਇਹ ਮੁੜਕੇ ਜਿਹੜੀ ୱੇਟਿੰਗ ਲਿਸਟ ਦਾ ਇੰਤਜ਼ਾਰ ਕਰਦੇ ਕਰਦੇ ਲੋਕਾਂ ਦੀ ਅੱਖਾਂ ਸੋਕ ਗਈਆਂ ਉਹ ਸਰਕਾਰ ਬਦਲ ਗਈ ਨਾ ਹੁਣ ਅਗਲਾ ਕੀ ਕਰੇ ਉੱਥੇ ਹਾਂ ਇਹ ਥੋਡੀਆਂ ਜਿਹੜੀਆਂ ਨੀਤੀਆਂ ਨੇ ਨੇ ਸਾਰੀਆਂ ਸੰਭ ਚਾਉਂਦੀਆਂ ਨੇ ਥੋਡੀਆਂ ਨਹੀਂ ਮੈਂ ਕੋਈ ਵਾਲੇ ਪਾਸੇ ਨੂੰ ਕੱਟ ਜਾਇਆ ਕਰੋ ਚਾਹੇ ਕੱਟ ਦਿਓ ਕਰੋ ਆਪਣਾ ਉਲਟ-ਪੁਲਟ ਚੱਲ ਰਿਹਾ ਮੈਂ ਕਾਲੀ ਦਲ ਦਾ ਬਲਾਰਾ ਨਹੀਂ ਬਣਿਆ ਬੈਠਾ ਇੱਥੇ ਠੀਕ ਆ ਲੱਗਦਾ ਰਿਹਾ ਨਹੀਂ ਲੱਗ ਨਹੀਂ ਰਿਹਾ ਜੋ ਸਹੀ ਆ ਵੀ ਆਪਾਂ ਪਹਿਲਾਂ ਵੀ ਕਹਿੰਨੇ ਆ ਜੋ ਸਹੀ ਆ ਉਹਦੀ ਹਮਾਇ ਕੀ ਇੱਕ ਇੱਕ ਦਿਨ ਆ ਮੌਕਾ ਕੇਜਰੀਵਾਲ ਨੂੰ ਉਹ ਸਹੀ ਕਹੂਗਾ ਆਪਾਂ ਉਹਨੂੰ ਵੀ ਕਹਾਂਗੇ ਆਪਾਂ ਤਾਂ ਹੀ ਕਿਹਾ ਵੀ ਥੋੜੀ ਜਿਹੀ ਚਾਹ ਉਧਰ ਵਾਲ ਘਟੇ ਮੈਂ ਨਹੀਂ ਮੈਂ ਚਾਹ ਛੱਡਿਓ ਹੋਈ ਐਸ ਗੱਲੋਂ ਮੈਂ ਚਾਹ ਹੀ ਛੱਡਤੀ ਅੱਛਾ ਮੈਂ ਚਾਹ ਛੱਡਤੀ ਅੱਛਾ ਮੈਂ ਕਾਫੀ ਪੀ ਕੇ ਆਉਂਦਾ ਦੇਖਿਆ ਇਹ ਗੱਲਾਂ ਉਧਰ ਨੂੰ ਜਾਂਦੀਆਂ ਨੇ ਮੈਂ ਕਹਿੰਦਾ ਤੁਸੀਂ ਰਹਿਣ ਦੋ ਇਹ ਚੀਜ਼ਾਂ ਆਪਾਂ ਲੀਡਰਾਂ ਪਿੱਛੇ ਲੜ ਕੇ ਕਿਉਂ ਲੜਨਾ ਪਿੰਡਾਂ ਦੇ ਵਿੱਚ ਵੀ ਲੋਕ ਆਹੀ ਕੁਛ ਕਰ ਜਾਂਦੇ ਆ ਸਾਡੇ ਕਮਲੇ ਲੋਕ ਨੇ ਜਿਹੜੇ ਆ ਜਿਹੜੀ ਸਾਡੀ ਹੁਣ ਲੜਾਈ ਹੋਈ ਹੈ ਨਾ ਚਲੋ ਆਪਾਂ ਤਾਂ ਮੁਖੌਲ ਕਰੀ ਜਾਂਦੇ ਸੀਗੇ ਜਿਹੜਾ ਕੁਛ ਹੈਗਾ ਪਰ ਪਿੰਡਾਂ ਦੇ ਵਿੱਚ ਆਹੀ ਕੁਛ ਹੁੰਦਾ ਸੀਗਾ ਮਤਲਬ ਐਦਾਂ ਹੀ ਹੁਣ ਸਾਡਾ ਲੈਣਾ ਨਹੀਂ ਦੇਣਾ ਨਹੀਂ ਕੁਝ ਮੇਰੀ ਚੰਡੀਗੜ੍ਹ ਵਾਲੇ ਪਾਸੇ ਦੀ ਵੋਟ ਹੈ ਮੇਰਾ ਜਿਹੜਾ ਸਵਾਰਨ ਜਿਹੜਾ ਬਿਗੜਨਾ ਉਧਰ ਵਾਲੇ ਪਾਸੇ ਨੂੰ ਬਿਗੜਨਾ ਮੈਂ ਐਵੇਂ ਪੰਜਾਬ ਵਾਲੇ ਪਾਸੇ ਨੂੰ ਬੋਲੀ ਜਾਣਾ ਕਿਉਂ ਨਾਲੇ ਮਤਲਬ ਸੱਚਮੇਂ ਤਾਂ ਹੁਣ ਪਤਾ ਲੱਗਿਆ ਤੁਸੀਂ ਚੰਡੀਗੜ੍ਹ ਦੇ ਫੋਟੋ ਤੁਸੀਂ ਮੇਰੇ ਨਾਲ ਬਹਿਸ ਕਿਵੇਂ ਕਰ ਰਹੇ ਹੋ ਪੰਜਾਬ ਦੀਆਂ ਇਲੈਕਸ਼ਨਾਂ ਦੇ ਉੱਤੇ ਕਿਉਂ ਬੰਦੇ ਦੀ ਆਪਣੀ ਸੋਚ ਨਹੀਂ ਹੋ ਸਕਦੀ ਸੋਚ ਆਪਣੀ ਚੰਡੀਗੜ੍ਹ 'ਚ ਦਿਖਾਓ ਤੁਸੀਂ ਚੰਡੀਗੜ੍ਹ 'ਚ ਤੁਸੀਂ ਫਿਰ ਪਾਰਟੀਆਂ ਦਾ ਮੇਅਰ ਬਣਾਤਾ ਕੋਈ ਮਤਲਬ ਪਿੰਡਾਂ ਦੇ ਵਿੱਚ ਵੀ ਇਹੀ ਹੁੰਦਾ ਵੀ ਲੈਣਾ ਦੇਣਾ ਕੱਖ ਨਹੀਂ ਹੁੰਦਾ ਲੀਡਰਾਂ ਦੇ ਨਾਲ ਹੀ ਲੀਡਰ ਨੇ ਆ ਕੇ ਕਿਸੇ ਨੇ ਮਿਲ ਕੇ ਨਹੀਂ ਜਾਣਾ ਹੁੰਦਾ ਲੀਡਰ ਨੇ ਆ ਕੇ ਕਿਸੇ ਨੇ ਚਾ ਨਹੀਂ ਪੀ ਕੇ ਜਾਣੀ ਤਾਂ ਵੋਟਾਂ ਵੇਲੇ ਆ ਜਾਂਦੇ ਚਲੋ ਪੈਰੀ ਹੱਥ ਲਾ ਆ ਜਾਂਦੇ ਆ ਕੁਝ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਕਰ ਜਾਂਦੇ ਨੇ ਉਦਾਂ ਨਹੀਂ ਮਿਲਦੇ ਹੈਗੇ ਪਰ ਆਪਣਾ ਸਿਰ ਆਪੇ ਪਾੜੀ ਜਾਣਾ ਉਹੀ ਸਕੇ ਭਰਾ ਆਪਸ ਲੜੀ ਜਾਣਗੇ ਵੀ ਨਹੀਂ ਨਹੀਂ ਉਹ ਫੁਲਾਨੀ ਪਾਰਟੀ ਜ਼ਿਆਦਾ ਵਧੀਆ ਹੈ ਉਹਦੇ ਲੀਡਰ ਫੁਲਾਨੇ ਬਾਦ ਦੀ ਦੇ ਜ਼ਿਆਦਾ ਵਧੀਆ ਕੋਈ ਕਿਸੇ ਦੇ ਮਗਰ ਲੱਗਾ ਹੁੰਦਾ ਕੋਈ ਕਿਸੇ ਦੇ ਮਗਰ ਲੱਗਾ ਹੁੰਦਾ ਫਿਰ ਕਈ ਗੱਜ ਜਗ੍ ਛੜੀ ਨੇ ਮਤਲਬ ਚੀਨੀ ਦੀ ਕੋਲੀ ਵੀ ਮੰਗ ਲਈ ਨ ਮੁੱਕ ਗਈ ਦੇ ਇਹਦੇ ਘਰੇ ਗੈਸਟ ਆਏ ਹੋਏ ਤਾਂ ਤਾਂ ਆਪਾਂ ਕੋਲੀ ਵੀ ਨਹੀਂ ਦੇਣੀ ਹੈਗੀ ਚੀਨੀ ਦੀ ਬਿਲਕੁਲ ਨਹੀਂ ਜੀ ਲੀਡਰਾਂ ਪਿੱਛੇ ਦਾ ਬੰਦੇ ਨੂੰ ਕਦੇ ਲੜਨਾ ਹੀ ਨਹੀਂ ਚਾਹੀਦਾ ਕਿਉਂਕਿ ਇਹ ਤਾਂ ਬਾਅਦ ਵਿੱਚ ਇੱਕ ਮੁੱਠ ਹੋ ਜਾਂਦੇ ਆ ਸਾਰੇ ਆਪਦੇ ਭਾਵੇਂ ਜਿਵੇਂ ਕਹਿੰਦੇ ਰਹਿੰਦੇ ਵੀ ਸ਼ਾਮ ਨੂੰ ਇਕੱਠੇ ਬਹਿ ਕੇ ਮਨੋਰੰਜਨ ਕਰਦੇ ਆ ਜੋ ਵੀ ਹੁੰਦਾ ਅੰਦਰੋਂ ਅੰਦਰੀ ਸਾਰੇ ਇੱਕ ਹੁੰਦੇ ਆ ਪਰ ਸਾਡੇ ਵਰਗੇ ਜਾਂ ਆਮ ਲੋਕ ਹੁੰਦੇ ਜਿਹੜੋ ਇਹਨਾਂ ਪਿੱਛੇ ਲੜ ਲੜ ਕੇ ਮਰ ਜਾਂਦੇ ਬਲਾਉਣੋਂ ਛੱਡ ਦਿੰਦੇ ਰਿਸ਼ਤੇਦਾਰੀਆਂ ਦੇ ਵਿੱਚ ਫਿੱਕ ਪੈ ਜਾਂਦੀ ਆ ਇਹ ਲੋਕਾਂ ਨੂੰ ਸਮਝਣਾ ਪੈਣਾ ਇਹਨਾਂ ਪਿੱਛੇ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਹ ਆਪਣੇ ਲਾਭ ਲਈ ਆਪਣੀ ਸੱਤਾ ਦੇ ਲਾਲਚ ਦੀ ਕੁਝ ਵੀ ਕਰ ਸਕਦੇ ਆ ਬਿਲਕੁਲ ਇਹ ਨਹੀਂ ਕੋਈ ਪਤਾ ਲੱਗਦਾ ਵੀ ਆਪਸ ਵਿੱਚ ਬਾਅਦ ਇਕੱਠੇ ਬਹਿ ਕੇ ਹੱਸਦੇ ਉਹਨਾਂ ਲੋਕ ਨੂੰ ਮੂਰਖਾ ਦਿੰਦੇ ਉਹ ਆ ਦੇਖ ਮੂਰਖ ਕਿੱਡਾ ਮੇਰੇ ਪਿੱਛੇ ਲੜ ਜਾਂਦਾ ਆਪਾਂ ਇਕੱਠੇ ਬੈਠੇ ਹਾਂ ਆਹ ਇਹ ਜੀ ਖਬਰ ਦੇਖ ਕੇ ਨਾ ਜਿੱਥੇ ਕਿਤੇ ਆਵੇ ਵੀ ਕਾਲੀ ਕਾਂਗਰਸੀ ਭੜੇ ਜਾਂ ਝਾੜੂ ਵਾਲਾ ਭਾਜਪਾ ਵਾਲੇ ਝੜੇ ਭੜ ਗੱਲਾਂ ਕਰਦੇ ਹੋਣਗੇ ਵੀ ਸਾਨੂੰ ਇਹੋ ਜੀ ਕਮਲੇ ਲੋਕ ਚਾਹੀਦੇ ਜਿਹੜੇ ਸਾਡੇ ਪਿੱਛੇ ਜਿਹੜਾ ਕੋ ਮਰਜ਼ੀ ਕਰੀ ਜਾਣ ਆਪਾਂ ਟੌਰਨਾ ਬੈਠਿਆ ਚਾਹੇ ਤੂੰ ਜਿੱਤ ਮੈਂ ਜਿੱਤ ਕੰਮ ਹੋਣੇ ਚਾਹੀਦੇ ਆਪੇ ਬਿਲਕੁਲ ਪਰ ਲੀਡਰਾਂ ਦੀ ਵੀ ਇਹੀ ਚੀਜ਼ ਚੱਲੀ ਜਾਂਦੀ ਹੈ ਵੀ ਇੱਕ ਦੂਸਰੇ ਦੀ ਬਿਆਨਬਾਜ਼ੀ ਜਿਹੜੀ ਕਰੀ ਜਾਂਦੇ ਨੇ ਫਿਰ ਜਦੋਂ ਪਾਰਟੀ ਚ ਸ਼ਾਮਲ ਹੋ ਜਾਂਦੇ ਫਿਰ ਉਹਦੀ ਤਰੀਫਾਂ ਦੇ ਪੁੱਲ ਬੰਦ ਹੁੰਦੇ ਨੇ ਚਲੋ ਅਸੀਂ ਬਥੇਰੀ ਵਾਰ ਸੁਣੀ ਹੈ ਗੱਲ ਹੁਣ ਅਬੇ ਚੋਟਾਲਾ ਕਹਿੰਦੇ ਵੀ ਜਿਹੜਾ ਬੰਦਾ ਸੰਸਦ ਦੇ ਵਿੱਚ ਸ਼ਰਾਬ ਪੀ ਕੇ ਜਾਵੇ ਹਾਂਜੀ ਉਹ ਸੀਐਮ ਬੜਨ ਲਾਇਕ ਨਹੀਂ ਹੈਗਾ ਉਹਨਾਂ ਨੇ ਇਹ ਗੱਲ ਕੀਤੀ ਹੈ ਮਤਲਬ ਕਿ ਜਿਹੜਾ ਬੰਦਾ ਸੰਸਦ ਦੇ ਵਿੱਚ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਸ ਤਰੀਕੇ ਦੇ ਨਾਲ ਬੋਲਿਆ ਵੀ ਸ਼ਰਾਪੀ ਕਿਉਂ ਕਰਣਾ ਨੇ ਲੋਕੀ ਤਾਂ ਬਾਰ ਬਾਰ ਕਹਿੰਦੇ ਵੀ ਖੂਨ ਚੂਸਣ ਨਾਲੋਂ ਤਾਂ ਚੰਗੇ ਨੇ ਸ਼ਰਾਪੀ ਲੋਕ ਹਾਂ ਬਿਲਕੁਲ ਕਹਿੰਦੇ ਤੁਸੀਂ ਜਿਹੜਾ ਖੂਨ ਚੂਸੇ ਜਾਂਦੇ ਹੋ ਸਾਡਾ ਅਸੀਂ ਕਿਤੇ ਜਾ ਕੇ ਹੱਕ ਮੰਗਦੇ ਸਾਨੂੰ ਡਾਂਗਾ ਮਾਰੀ ਜਾਂਦੇ ਹੋ ਕਹਿੰਦੇ ਜਿਹੜਾ ਪਾਣੀ ਤੁਸੀਂ ਬੁਲਾਉਂਦੇ ਉਹਦੇ ਨਾਲੋਂ ਅਗਲੇ ਸ਼ਰਾਪੀ ਲੋਕ ਜ਼ਿਆਦਾ ਵਧੀਆ ਨਹੀਂ ਪਾਣੀ ਦੇ ਪਿਛਾੜਾ ਮਾਰਦੇ ਜਦੋਂ ਉਹ ਪਾਣੀ ਦੀਆਂ ਪਿਛਾੜਾ ਮਾਰਦੇ ਨਹੀਂ ਇਹ ਵੀ ਠੀਕ ਆਪਾਂ ਉਸ ਦਿਨ ਵੀ ਗੱਲ ਕੀਤੀ ਤੁਸੀਂ ਕਿਸੇ ਦੀ ਪਰਸਨਲ ਲਾਈਫ ਤੇ ਕਿਉਂ ਜਾਣਦੇ ਹੋ ਤੁਸੀਂ ਬ ਕਲੀ ਭਗਵਾਨਤਮਾਨੀ ਦੂਜਿਆਂ ਦੀ ਵੀ ਗੱਲ ਕਰਦੇ ਆ ਵੀ ਤੁਸੀਂ ਕਿਸੇ ਨੂੰ ਸਿੱਧੇ ਕੰਮ ਤੇ ਗੱਲ ਕਰੂ ਵੀ ਤੁਸੀਂ ਆ ਚੀਜ਼ ਗਲਤ ਕਰਦਾ ਤੂੰ ਉਹ ਤੇ ਬੰਦੇ ਨੂੰ ਜਾ ਕਿਤੇ ਕੁਝ ਮਿਲਦਾ ਨਹੀਂ ਫਿਰ ਹੋਰ ਪਾਸੇ ਨੂੰ ਹੋ ਜਾਂਦੇ ਆ ਅਬ ਵੀ ਜਟਾਲਾ ਨੂੰ ਹੁਣ ਪੁੱਛੇ ਵੀ ਭਰਾਵਾ ਤੈਂ ਕੀ ਲੈਣਾ ਤੂੰ ਪਹਿਲਾਂ ਆਪ ਦਾ ਹਰਿਆਣਾ ਸਾਂਭ ਲਾ ਨਹੀਂ ਹਰਿਆਣਾ ਚ ਮੁੱਖ ਮੰਤਰੀ ਬਣਦੇ ਤੂੰ ਸਾਫ ਸੁਥਰਾ ਬਣ ਜਾ ਹਰਿਆਣੇ ਵਾਲੇ ਇੱਥੇ ਜਾ ਕੇ ਸੀਐਮ ਤੂੰ ਬਣ ਜਾਵੇ ਜਟਾਲਾ ਜੀ ਤੁਸੀਂ ਬਣ ਜਾਓ ਵੀ ਮੈਂ ਕੁਝ ਨਹੀਂ ਖਾਂਦਾ ਪੀਂਦਾ ਮੈਂ ਕੁਝ ਗਲਤ ਨਹੀਂ ਕਰਦਾ ਮੈਨੂੰ ਸੀਐਮ ਬਣਾਓ ਨਹੀਂ ਹੁਣ ਇਹ ਤਾਂ ਨਹੀਂ ਹੋ ਸਕਦਾ ਨਾ ਅਗਲਾ ਕਵੇ ਵੀ ਮੈਂ ਖਾਂਦਾ ਪੀਂਦਾ ਨਹੀਂ ਤੇ ਮੈਂ ਵਧੀਆਂ ਮੈਨੂੰ ਸੀਐਮ ਬਣਾ ਦੋ ਮੈਂ ਹੁਣ ਇਹ ਤਾਂ ਹੋ ਨਹੀਂ ਸਕਦਾ ਸਾਰਿਆਂ ਦੇ ਵੱਖੋ ਵੱਖਰੇ ਮਤ ਉਹ ਹੁੰਦੀ ਆ ਉਹ ਦੂਸਰੇ ਪਾਸੇ ਹੁੰਦੀ ਆ ਉਹ ਤਾਂ ਵਿਚੋ ਵਿਚੋ ਖਬਰਾਂ ਵੀ ਮਿਲਣ ਲੱਗ ਪਈਆਂ ਸੀ ਕਿ ਹੁਣ ਉਹਦੋਂ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਇਹ ਪੂਰੇ ਤਰੀਕੇ ਦੇ ਨਾਲ ਚੱਲ ਰਹੀ ਹੈ ਵੀ ਕਿਸ ਤਰੀਕੇ ਦੇ ਨਾਲ ਮੈਂ ਕੰਟਰੋਲ ਕਰ ਲਾ ਚਲੋ ਉਹ ਗੱਲਾਂ ਵੱਖਰੀਆਂ ਨੇ ਸਾਰੀਆਂ ਪਰ ਜਿਹੜੀ ਇਲਜ਼ਾਮ ਲਾਉਣ ਦੀ ਗੱਲ ਹੁੰਦੀ ਹੈ ਜਿਹੜੇ ਨਿੱਜੀ ਕਹਿ ਦਿੰਦੇ ਵਾਰ ਕੀਤੇ ਜਾਂਦੇ ਆ ਵੀ ਮਤਲਬ ਕਿ ਜਦੋਂ ਸੰਸਦ ਦੇ ਵਿੱਚ ਸੋਨਾ ਬਹੁਤ ਚੰਗੀ ਗੱਲ ਹੈ ਜਿਹੜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਸੀ ਪੁੱਠੀਆਂ ਸਿੱਧੀਆਂ ਫਿਲਮਾਂ ਦੇਖੋ ਤੁਸੀਂ ਉੱਥੇ ਬਹਿ ਕੇ ਉਹ ਬਹੁਤ ਚੰਗੀ ਗੱਲ ਹੈ ਤੁਸੀਂ ਮੁੱਦੇ ਨਾ ਚੱਕੋ ਪੰਜਾਬ ਦੇ ਉਹ ਬਹੁਤ ਚੰਗੀ ਗੱਲ ਹੈ ਵੀ ਉੱਥੇ ਹੋ ਨਾ ਇਹਨਾਂ ਨੇ ਝਾੜੂ ਪੋਚਾ ਵੀ ਕਰਨਾ ਇੱਥੇ ਹਾਂ ਵੀ ਉਹਦੋਂ ਨਹੀਂ ਮਤਲਬ ਉਹ ਉਹ ਤੁਹਾਨੂੰ ਲੇਟ ਚੰਗੇ ਆ ਵੀ ਹਾਂ ਵੀ ਇਹਨਾਂ ਨੂੰ ਬਣਾ ਦੋ ਫਿਰ ਇਹ ਤਾਂ ਚੀਜ਼ਾਂ ਹੁੰਦੀਆਂ ਨਹੀਂ ਨਾ ਵੀ ਮਤਲਬ ਤੁਸੀਂ ਇਲਜ਼ਾਮ ਲਾਈ ਚੱਲੋ ਬਸ ਤੇ ਗੱਲ ਖਤਮ ਹੋਵੇ ਤੇ ਇੱਧਰ ਵਾਲੇ ਪਾਸੇ ਨੂੰ ਠੀਕ ਹੈ ਵੀ ਭਾਈ ਜੀ ਨੇ ਜਿਹੜਾ ਕੁਝ ਕਰਨਾ ਉਹ ਕਰੀ ਜਾਵੇ ਪਰ ਉਦੋਂ ਤੱਕ ਸਹੀ ਆ ਉਹ ਜਦੋਂ ਤੱਕ ਲੋਕਾਂ ਨੂੰ ਨੁਕਸਾਨ ਨਹੀਂ ਹੋ ਰਿਹਾ ਜਦੋਂ ਤੱਕ ਤੁਸੀਂ ਲੋਕਾਂ ਦੇ ਮੁੱਦੇ ਚੱਕੇ ਜਾਂਦੇ ਕਿਉਂਕਿ ਠੀਕ ਹੈ ਜਿੱਥੇ ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਤਾਰੀਫ ਕਰਨੀ ਬਣਦੀ ਹੈ ਤਾਂ ਮਰਦੀ ਹੈ ਸੰਸਦ ਦੇ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਣਾ ਹੋਵੇ ਜਾਂ ਫਿਰ ਜਿਵੇਂ ਪ੍ਰਧਾਨ ਮੰਤਰੀ ਨਰਿੰ ਤਾਂ ਉਹ ਕਈ ਲੀਡਰਾਂ ਨੇ ਕੀਤਾ ਜੇ ਮਤਲਬ ਜੇ ਆਮ ਆਦਮੀ ਪਾਰਟੀ ਕ ਲਈਏ ਕਹਿੰਦੇ ਵੀ ਅਸੀਂ ਸੰਸਦ ਦੇ ਵਿੱਚ ਆਵਾਜ਼ ਚੁੱਕੀ ਭਗਵੰਤ ਮਾਨ ਨੇ ਵੀ ਚੁੱਕੀ ਆ ਪਰ ਜਦੋਂ ਲੋਡ ਪਈ ਜਦੋਂ ਫਿਰ ਤਨਾਅ ਬਣਿਆ ਜਦੋਂ ਫਿਰ ਬੋਲਣ ਲਾਂ ਤਾਂ ਪੈਣੀ ਸ਼ੁਰੂ ਹੋਈਆਂ ਉਸ ਤੋਂ ਬਾਅਦ ਬਾਕੀ ਲੀਡਰ ਵੀ ਚਲੇ ਗਏ ਸੀਗੇ ਤਾਜ਼ਾ ਬਾਜ਼ਬਾੜ ਹੋ ਗਏ ਸੀਗੇ ਤਾਜ਼ਾ ਬਾਜ਼ਬਾੜ ਨੂੰ ਤਾਂ ਫਾਇਲ ਚੱਕ ਕੇ ਮਾਰੀ ਸੀਗੀ ਸਪੀਕਰ ਦੇ ਉੱਤੇ ਹਾਈਲਾਈਟ ਕਾਫੀ ਹੋਈ ਸੀਗੀ ਇਸ ਚੀਜ਼ ਨੇ ਬਿਲਕੁਲ ਬਿਲਕੁਲ ਤਾਂ ਇਹ ਚੀਜ਼ਾਂ ਬਹੁਤ ਸਾਰੀਆਂ ਕੀਤੀਆਂ ਜਾਂਦੀਆਂ ਨੇ ਔਰ ਡਰਾਮੇਬਾਜ਼ੀ ਵੀ ਬਹੁਤ ਕੀਤੀ ਜਾਂਦੀ ਹੈ ਸੰਸਦ ਦੇ ਬਾਹਰ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਕੋਈ ਕੋਈ ਰੱਥ ਲੈ ਕੇ ਜਾ ਰਿਹਾ ਕੋਈ ਟਰੈਕਟਰ ਲੈ ਕੇ ਜਾ ਰਿਹਾ ਕੋਈ ਉਧਰੋਂ ਦੀ ਪੂਰੇ ਕੱਪੜੇ ਜਿਹੜੇ ਕਾਲੇ ਲੈ ਕੇ ਜਾ ਰਹੇ ਆ ਤਾਂ ਉਹ ਚੀਜ਼ਾਂ ਬਹੁਤ ਤੁਸੀਂ ਕੋਈ ਹੋਰ ਮੁੱਦਾ ਲੱਭ ਲਓ ਠੀਕ ਹੈ ਜੇ ਕੋਈ ਹੋਰ ਮਾੜੀ ਗੱਲ ਹੈ ਤੁਸੀਂ ਲੱਭ ਕੇ ਮਰੇ ਲੈ ਆਓ 50 ਚੀਜ਼ ਨੂੰ ਮਾੜੀ ਆ ਕਿਹੜੀ ਚੀਜ਼ ਕਹੂੰਗਾ ਇੱਕ ਤਾਂ ਮੈਂ ਸਾਡੇ ਲੋਕਾਂ ਨੂੰ ਅਪੀਲ ਕਰੂੰਗਾ ਵੀ ਲੀਡਰਾਂ ਪਿੱਛੇ ਲੜਨਾ ਬੰਦ ਕਰੋ ਦੂਜਾ ਲੀਡਰ ਜਿਹੇ ਜਿਹਾ ਮਰਜੀ ਹੋਵੇ ਕੁਛ ਖਾਂਦਾ ਪੀਂਦਾ ਹੋਵੇ ਜਿਹੇ ਜਿਹਾ ਮਰਜੀ ਹੋਵੇ ਪੰਜਾਬ ਦੇ ਭਲੇ ਦੀ ਗੱਲ ਦੇਸ਼ ਦੇ ਭਲੇ ਦੀ ਗੱਲ ਕਰਦਾ ਹੋਵੇ ਤੇ ਭਲਾ ਕਰਦਾ ਹੋਵੇ ਬਿਲਕੁਲ ਠੀਕ ਹੈ ਨਿੱਜੀ ਲਾਈਫ 'ਚ ਬੰਦਾ ਜਿਹੜਾ ਕੁਛ ਮਰਜ਼ੀ ਕਰੇ ਚਾਹੇ ਅਵੇ ਚਟਾਲਾ ਹੀ ਆ ਜਾਣੋ ਜਿਉਂ ਕਹਿਣਗੇ ਵੀ ਮੈਂ ਹਰਿਆਣੇ ਨੂੰ ਵਧੀਆ ਬਣਾ ਦੂੰਗਾ ਤੇ ਡਿਵੈਲਪਮੈਂਟ ਕਰੂੰਗਾ ਸਾਨੂੰ ਉਹ ਵੀ ਚੰਗਾ ਲੱਗੂ ਜੇ ਪੰਜਾਬ ਦੇ ਵਿੱਚ ਆ ਕੇ ਕੋਈ ਮਹਾਰਾਸ਼ਟਰ ਵਾਲਾ ਵੀ ਕਹੇ ਮੈਨੂੰ ਸੀਐਮ ਬਣਾਓ ਭਾਈ ਮੈਂ ਪੰਜਾਬ 'ਚ ਆਹ ਕਰ ਦੂੰਗਾ ਤੇ ਕਰਕੇ ਦਿਖਾ ਦੇਵੇ ਅਸੀਂ ਉਹਨੂੰ ਵੀ ਚੰਗਾ ਸਮਝਾਂਗੇ ਕਿਉਂਕਿ ਸਾਨੂੰ ਇਹ ਨਹੀਂ ਹੈਗਾ ਵੀ ਜਿਹੜਾ ਪੰਜਾਬ ਦਾ ਉਹਨੂੰ ਹੀ ਸੀਐਮ ਬਣਾਈਏ ਸਾਨੂੰ ਬੰਦਾ ਉਹ ਚਾਹੀਦਾ ਜਿਹੜਾ ਪੰਜਾਬ ਦਾ ਭਲਾ ਕਰੇ ਪੰਜਾਬ 'ਚ ਰੋਜ਼ਗਾਰ ਦੇਵੇ ਲੋਕਾਂ ਨੂੰ ਉਹੋ ਜਿਹਾ ਬੰਦਾ ਚਾਹੀਦਾ ਨਿੱਜੀ ਲਾਈਫ ਬੰਦੇ ਜਿਹੇ ਦੀ ਮਰਜ਼ੀ ਹੋਵੇ ਬਿਲ ਕਈ ਹੁਣ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਨਾ ਬੰਦਾ ਬੋਲ ਵੀ ਨਹੀਂ ਸਕਦਾ ਹੁੰਦਾ ਵੀ ਮੇਰੇ ਨਾਲ ਇਦਾਂ ਹੋ ਗਿਆ ਕਿਉਂਕਿ ਕਟੜਪਣ ਬਹੁਤ ਦਿਖਾਤਾ ਹੁੰਦਾ ਹਰਜੀਤ ਘਰੇਵਾਰ ਹੋਣਾਂ ਦੀ ਗੱਲ ਕਰਦੇ ਹਾਂ ਉਹਨਾਂ ਨੂੰ ਕਹਿੰਦੇ ਵੀ ਟਿਕੜਨੀ ਦਿੱਤੀ ਹੈਗੀ ਤੇ ਉਹ ਕਹਿੰਦੇ ਫਿਰ ਕਿਉਂ ਹੋ ਗਿਆ ਮੈਂ ਮੰਗੀ ਕਿਹੜਾ ਸੀਗੀ ਮੈਂ ਤਾਂ ਪੱਤਰ ਹੀ ਨਹੀਂ ਭਰੇ ਸੀਗੇ ਕਹਿੰਦੇ ਕੋਈ ਗੱਲ ਨਹੀਂ ਨਹੀਂ ਦਿੱਤੀ ਪੰਚਾਇਦੀ ਵੀ ਨਹੀਂ ਸੀਗੀ ਆਪਾਂ ਪਾਰਟੀ ਦੇ ਨਾਲ ਸੀ ਤੇ ਹੈਗੇ ਇੱਥੇ ਦਾ ਵਸ ਇੱਕੋ ਗੱਲ ਯਾਦ ਆਈ ਹੈ ਕਹਿੰਦੇ ਵੀ ਬੁਸ਼ਾਰਮਾ ਦੀ ਡੁੱਲ ਗਈ ਦਾਲ ਉਹ ਕਹਿੰਦੇ ਅਸੀਂ ਭੁੰਜੇ ਭੁੰਜੇ ਚੱਕ ਚੱਕ ਖਾਣੇ ਆ ਉਹ ਸਾਊਗਤਾ ਵਕਨ ਨਾਲ ਕਿਸਾਨੀ ਅੰਦੋਲਨ ਦੇ ਵੇਲੇ ਰੌਲਾ ਪਾਇਆ ਹਰੇਕ ਚਾਨ ਕੋਈ ਇੰਟਰਵਿਊ ਹੁੰਦਾ ਸੀਗਾ ਤੁਸੀਂ ਚੋਣ ਲੜੋਗੇ ਭਾਜਪਾ ਚੋਂ ਲੜੂਗੀ ਪੰਜਾਬ ਚ ਹਾਂ ਇਕੱਲੇ ਲੜਾਂਗੇ 117 ਦੀਆਂ 17 ਸੀਟਾਂ ਦੇ ਲੜਾਂਗੇ 117 ਸੀਟਾਂ ਜਿੱਤਾਂਗੇ ਸਰਕਾਰ ਬਣ ਰਹੀ ਹੈ ਭਾਜਪਾ ਦੀ ਵੱਡੇ ਬਹੁਤ ਮਤਲਬ ਉਦੋਂ ਸਾਰਿਆਂ ਨੂੰ ਇਹ ਸੀਗਾ ਵੀ ਸ਼ਾਇਦ ਸਿੱਖ ਚਿਹਰਾ ਹੈਗੀ ਆ ਪੰਜਾਬ ਚ ਭਾਜਪਾ ਦੀ ਉਹਨੂੰ ਸੀਐਮ ਵੀ ਬਣਾਇਆ ਜਾਂਦਾ ਪਰ ਵਿਚਾਰੇ ਨਾਲ ਹੋਈ ਮਾੜੀ ਉਹ ਅਗਲੇ ਨੇ ਟਿਕਟ ਵੀ ਨਹੀਂ ਦਿੱਤੀ ਸੀਐਮ ਬਣਾਉਣਾ ਤਾਂ ਦੂਰ ਹੈ ਬਿਲਕੁਲ ਇਹ ਦੇ ਨਾਲ ਦੇਖੋ ਤੁਸੀਂ ਜਗਦੇਸ਼ ਸਿੰਘ ਜੱਗਾ ਉਹਨਾਂ ਨੂੰ ਟਿਕਟ ਦੇਤੀ ਮਤਲਬ ਕਿ ਹਰਜੀਤ ਗਰੇਵਾਲ ਜਿਵੇਂ ਤੁਸੀਂ ਕਿਆ ਮਤਲਬ ਪੈਂਦੀਆਂ ਰਹੀਆਂ ਹੁਣ ਕਮੈਂਟ ਜਿਹੜੇ ਤੁਸੀਂ ਦੇ ਕੇ ਲੋਕ ਵੀ ਦੇਖਦੇ ਸੀਗੇ ਵੀ ਅਸੀਂ ਕੱਲੇ ਐਦਾ ਆਪਣੇ ਮੂੰਹ ਵੱਲੋਂ ਨਹੀਂ ਬੋਲਦੇ ਤੁਸੀਂ ਵੀ ਸਾਰੀਆਂ ਚੀਜ਼ਾਂ ਉਹ ਦੇਖਿਆ ਨੇ ਜਿਹੜੇ ਦਰਸ਼ਕ ਦੇਖ ਰਹੇ ਨੇ ਵੀ ਉਹਦਾ ਕੀ ਕੁਝ ਹੁੰਦਾ ਸੀਗਾ ਕੌਣ ਕੀ ਬੋਲਦਾ ਸੀਗਾ ਕਿਦਾਂ ਭੰਡੀਆਂ ਹੁੰਦੀਆਂ ਸੀਗੀਆਂ ਤੇ ਲੋਕੀ ਕੀ ਕੁਝ ਕਰਦੇ ਸੀਗੇ ਚਲੋ ਉਹ ਤਾਂ ਨਾਲ ਨਾਲ ਹੁੰਦਾ ਰਿਹਾ ਪਰ ਇਹ ਜਿਹੜੇ ਜਗਦੀਸ਼ ਸਿੰਘ ਜੱਗਾ ਨੇ ਪਹਿਲਾਂ ਇਹ ਕਾਂਗਰਸ ਦੇ ਵਿੱਚ ਸੀਗੇ ਫਿਰ 7 ਦਿਨ ਇਹਨਾਂ ਨੇ ਜਦੋਂ ਇਹ ਪੰਜਾਬ ਲੋਕ ਕਾਂਗਰਸ ਨਾਲ ਦੀ ਕੈਪਟਨ ਸਾਹਿਬ ਨੇ ਤੇ 7 ਦਿਨ ਇਹਨਾਂ ਨੇ ਕੰਮ ਉਧਰ ਕੀਤਾ ਤਨਦੇਹੀ ਨਾਲ 7 ਦਿਨ ਉਧਰ ਕੰਮ ਨਿਭਾਇਆ ਫਿਰ ਉਸ ਤੋਂ ਬਾਅਦ 11 ਘੰਟੇ ਇਹਨਾਂ ਨੇ ਭ ਕੰਮ ਉਹਨਾਂ ਦਾ ਇੰਨਾ ਮਤਲਬ ਉਹਨਾਂ ਨੇ ਜੀ ਤੋੜ ਕੇ ਕਰ ਲਿਆ ਕਹਿੰਦੇ ਵੀ ਮੈਂ ਰਾਤ ਸੁੱਤਾ ਨਹੀਂ ਹੈਗਾ ਇੰਨਾ ਸੱਤ ਦਿਨਾਂ ਦੇ ਵਿੱਚ ਜੇ ਵਾ 11 ਘੰਟਿਆਂ ਦੇ ਵਿੱਚ ਵੀ ਮੈਂ ਜਿਹੜਾ ਕੰਮ ਕੀਤਾ 11 ਘੰਟਿਆਂ ਵਿੱਚ ਕਿਹੜਾ 24 ਘੰਟਿਆਂ ਦਾ ਦਿਨ ਹੁੰਦਾ ਭਰਾਵਾ ਖਬਰ ਹੈ ਬਾਕੀ ਸਾਰੇ ਦਿਨ ਤੋਂ ਸੁੱਤਾ ਰਿਆ ਉਹ ਸਾਨੂੰ ਕੀ ਪਤਾ ਤੂੰ 11 ਘੰਟੇ ਸੁੱਤਾ ਕਿ ਨਹੀਂ ਸੁੱਤਾ ਆ ਜਿਹੜੇ ਪਰ 11 ਘੰਟੇ ਸੀਗੇ ਇੰਨਾ ਤਨਦੇਹੀ ਨਾਲ ਕੰਮ ਕੀਤਾ ਕਿ ਅਗਲੇ ਨੇ ਸੋਚਿਆ ਵੀ ਨਹੀਂ ਅਸੀਂ ਜਿਹੜੇ ਹੁਣ ਟਿਕਟ ਦੇਣੀ ਆ ਉਹ ਗਰੇਵਾਲ ਸਾਹਿਬ ਨੇ ਜੋ ਕੁਝ ਕੀਤਾ ਚਲੋ ਕੀਤਾ ਪਰ ਆਪਾਂ ਟਿਕਟ ਇਧਰ ਦੇ ਦੇ ਮਤਲਬ 11 ਘੰਟੇ ਚ ਵਧੀਆ ਕੰਮ ਕੀਤਾ ਜੱਗੇ ਦੇ 11 ਘੰਟੇ ਗਰੇਵਾਲ ਦੀਆਂ ਗਾਲਾਂ ਤੇ ਭਾਰੂ ਪੈ ਗੇ ਗਰੇਵਾਲ ਦੀ ਜਿਹੜੀ ਪਿੰਡ ਵਾਲਿਆਂ ਨੇ ਜ਼ਮੀਨ ਤੇ ਕਹਿੰਦੇ ਸੀ ਵੀ ਜ਼ਬਤੀ ਦੇ ਚੜ੍ਹਨੇ ਦੇਣੀ ਉਹਤੇ ਭਾਰੂ ਪੈ ਗੇ ਉਹਦੇ ਦਫ਼ਤਰ ਨੂੰ ਨੇ ਲੱਗੇ ਧਰਨਿਆਂ ਤੇ ਭਾਰੂ ਪੈ ਗੇ ਉਹਨੂੰ ਕਿਸਾਨਾਂ ਵੱਲੋਂ ਜੋ ਮੰਦਾ ਚੰਗਾ ਕਿਸਾਨਾਂ ਨਹੀਂ ਚਲੋ ਵਿਰੋਧ ਦੇ ਵਿੱਚ ਲੋਕਾਂ ਨੇ ਜਿਹਨੂੰ ਚੰਗਾ ਮੰਦਾ ਕਿਹਾ ਉਹ 11 ਘੰਟੇ ਉਦੇ ਪਾਰੂ ਬਹਿ ਕੇ ਘਰੇ ਵਾਲੀ ਬੈਠਾ ਸੋਚਦਾ ਹੋਣਾ ਵੀ ਯਾਰ ਮੈਂ 11 ਦੀ ਜਗ੍ਹਾ ਮੈਂ ਇਹ ਜੀ 12 ਘੰਟੇ ਲੱਗਦਾ ਟਿਕਟ ਤਾਂ ਮਿਲ ਜਾਂਦੀ ਮੈਂ ਉਹੀ ਸਾਲ ਤੋਂ ਗਾਲਾਂ ਖਾਈ ਜਾਂਦਾ ਐ ਨਾ ਤੋ ਚਲੋ ਜਿਹੜੀ ਤਰੀਫ ਹੈਗੀ ਕਰਨੀ ਉਹ ਬਣਦੀ ਵੀ ਆ ਉਹ ਹਲੇ ਵੀ ਕਹਿੰਦੇ ਨੇ ਵੀ ਮੈਂ ਤਾਂ ਪਾਰਟੀ ਦਾ ਸਾਥ ਦਊਂਗਾ ਘੱਟੋ ਘੱਟ ਉਹਨਾਂ ਨਾਲੋਂ ਤਾਂ ਚੰਗੇ ਹੀ ਨੇ ਜਿਹੜੇ ਇੰਨੇ ਇੰਨੇ ਸਾਲ پتہ ਨਹੀਂ ਕਿਹੜੀ ਪਾਰਟੀ ਨਾਲ ਲੱਗੇ ਜੁੜੇ ਰਹੇ ਫਿਰ ਕਹਿੰਦੇ ਰਹੇ ਤਾਂ ਮੇਰੀ ਮਾਂ ਪਾਰਟੀ ਐ ਇਹ ਕਹਿੰਦੇ ਰਹੇ ਵੀ ਮੈਂ ਤਾਂ ਇੱਥੇ ਜਿਊਂ ਮੈਂ ਤਾਂ ਇੱਥੇ ਮਰੂੰ ਫਿਰ ਉਹਨਾਂ ਨੂੰ ਛੱਡ ਕੇ ਫਿਰ ਦੂਸਰੀ ਪਾਰਟੀ ਦੇ ਵਿੱਚ ਫਿਰ ਕਹਿੰਦੇ ਇੱਥੇ ਜਿਊਂ ਮਰੂੰ ਲੀਡਰ ਕਿਹੜੀ ਚੀਜ਼ਾਂ ਕਰੀ ਜਾਂਦੇ ਨੇ ਉਹ ਗੱਲਾਂ ਕਰਾਂਗੇ ਪਰ ਇੱਕ ਨਿੱਕੇ ਜੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਸ਼ੋਅ ਚੱਲ ਰਿਹਾ ਜੀ ਉੱਡ ਪੁੱਟ ਪਰ ਸਭ ਲੀਡਰਾਂ ਦੀ ਗੱਲ ਕਰਦੇ ਸੀਗੇ ਸਰਬਜੀਤ ਮੱਕੜ ਹੋਰਾਂ ਦੀ ਵੀ ਗੱਲ ਕਰਾਂਗੇ ਉਹਨਾਂ ਨੂੰ ਜਲੰਧਰ ਤੋਂ ਜਿਹੜੀ ਟਿਕਟ ਉਹ ਦਿੱਤੀ ਗਈ ਹੈ ਭਾਜਪਾ ਵੱਲੋਂ ਦੀ ਹਾਂਜੀ ਅਕਾਲੀਆਂ ਤੋਂ ਆਏ ਸੀਗੇ ਤੇ ਮਤਲਬ ਜਿਹੜੀ ਉਹਨਾਂ ਨੇ ਗੱਲ ਕਹੀ ਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਵੀ ਇਹ ਤੇ ਹਸੀਏ ਕਿ ਰੋਈਏ ਉਹ ਕਹਿੰਦੇ ਵੀ ਮੈਂ ਤਾਂ 2014 ਤੋਂ ਮਤਲਬ ਕਿਉਂਕਿ ਗੱਲਾਂ ਇਹ ਹੋ ਰਹੀਆਂ ਸੀ ਨਾ ਉਸ ਉਸ ਟਾਈਮ ਦੇ ਉੱਤੇ ਵੀ ਜਿਹੜੀ ਭਾਜਪਾ ਆ ਉਹ ਲੀਡਰਾਂ ਨੂੰ ਡਰਾ ਰਹੀ ਹੈ ਏਡੀ ਦੇ ਕਿਤੇ ਵੀ ਏ ਸੀ ਡੀ ਦਾ ਖਤਰਾ ਦੇ ਰਹੀ ਹੈ ਕਿਤੇ ਕਿਤੇ ਹੋਰ ਵੀ ਪੁਰਾਣੇ ਕੇਸ ਅਸੀਂ ਤੁਹਾਡੇ ਖੋਲ ਦਾਂਗੇ ਹੋਰ ਕਿਤੇ ਕਿਤੇ ਪਰਚਾ ਕਰ ਦਾਂਗੇ ਇਹ ਗੱਲਾਂ ਕਰਕੇ ਡਰਾ ਰਹੀ ਹੈ ਤਾਂ ਕਰਕੇ ਅੱਦੇ ਲੀਡਰ ਤਾਂ ਤਾਂ ਕਰਕੇ ਭਾਜਪਾ ਜਾਈ ਜਾਂਦੇ ਨੇ ਤਾਂ ਇਧਰ ਉਹਨਾਂ ਨੂੰ ਪੁੱਛਿਆ ਵੀ ਲੋਕੀ ਕਹਿੰਦੇ ਵੀ ਤੁਸੀਂ ਵੀ ਡਰਾਅ ਧਮਕਾ ਕੇ ਭਾਜਪਾ ਨੇ ਸ਼ਾਮਲ ਕੀਤਾ ਤੁਹਾਨੂੰ ਤੇ ਕਹਿੰਦੇ ਲਾ ਐਦਾਂ ਦੀ ਕਿਹੜੀ ਗੱਲ ਹੈ ਕਹਿੰਦੇ ਕੋਈ ਨਹੀਂ ਹੈਗਾ ਐਦਾਂ ਦਾ ਕਿਹੜਾ ਬੋਲਦਾ ਐਦਾਂ ਕਹਿੰਦੇ ਮੈਨੂੰ ਦੱਸੋ ਕਿਰ ਮੈਂ ਤਾਂ 2014 ਤੋਂ ਅੱਛਾ ਜਿਹੜਾ ਹੈਗਾ ਉਹ ਮੈਂ ਭਾਜਪਾ ਚ ਸ਼ਾਮਲ ਹੋਣਾ ਚਾਹੁੰਦਾ ਸੀਗਾ ਮੈਨੂੰ ਸੋਚ ਹੀ ਬੜੀ ਪਸੰਦ ਆਉਂਦੀ ਉਹਨਾਂ ਦੀ ਵਧੀਆ ਲੱਗਦੇ ਮੈਨੂੰ ਕਿ ਮੈਂ ਉਧਰ ਜਾਣਾ ਸੀਗਾ ਫਿਰ ਹੋਏ ਕਿਉਂ ਨਹੀਂ ਸ਼ਾਮਲ 17 ਅਕਾਲੀਆਂ ਤੋਂ ਕਾਹਦੇ ਟਿਕਟ ਲਈ ਸੀ ਇਹਨਾਂ ਨੇ ਦੇ ਅਗਲੇ ਦਾ ਚਾਹਤ ਕੀ ਟਿਕਟ ਦਿੱਤੀ ਨਹੀਂ ਤਾਂ ਐਤ ਕੀ 2014 ਤੋਂ મોદી ਪਸੰਦ ਆ ਗਏ ਉਹਨੂੰ ਭਾਜਪਾ ਪਸੰਦ ਆ ਗਈ। ਲੀਡਰ ਆ ਕੋਈ ਦੀਨਮਾਨੀ ਹੈਗਾ। ਨਹੀਂ ਦੇਰੀ ਤਾਂ ਫਿਰ ਗਲਤੀ ਤੇ ਭਾਜਪਾ ਦੀ ਹੈ ਨਾ। ਹੁਣ ਉਹਨਾਂ ਦੇ ਇਲਜ਼ਾਮ ਲੱਗਦੇ ਪਹਿਲਾਂ ਟਿਕਟ ਦੇ ਦਿੰਦੇ। ਭਾਈਪਾਲੇ ਸੀਗੇ 17 'ਚ ਵੀ ਇਹ ਕਹਿ ਦਿੰਦੇ ਸੁਖਵੀਰ ਬਾਦਲ ਨੂੰ ਜਾ ਕੇ ਭਾਈ ਨਾ ਵੀ ਮੈਨੂੰ ਤੂੰ ਪਸੰਦ ਨਹੀਂ ਹੈਗਾ ਭਰਾਵਾ ਮੈਨੂੰ ਉਧਰ મોદી ਸਾਹਿਬ ਪਸੰਦ ਆ ਮੈਨੂੰ ਉਧਰੋਂ ਟਿਕਟ ਚਾਹੀਦੀ ਆ ਜਾਂ ਉਧਰੋਂ મોદી ਸਾਹਿਬ ਨੂੰ ਕਹਿੰਦੇ ਵੀ ਤੁਸੀਂ ਉੱਚੇ ਕਦਰ ਤੇ ਬੈਠੇ ਹੋ ਮਾਰੋ ਮੜਾ ਇਹ ਦਵਕਾ ਪੰਜਾਬ ਵਾਲੇ ਨੂੰ ਮੈਨੂੰ ਆਪਦੀ ਪਾਰਟੀ 'ਚ ਸ਼ਾਮਲ ਕਰਕੇ ਉਧਰ ਮਿਲ ਗਈ ਤਾਂ ਮਾਂ ਐ ਜੇ ਨਾ ਮਿਲੀ ਤਾਂ ਮਤਰੀ ਮਾਂ ਐ ਐਦਕੀ ਅਗਲੇ ਇੰਟੈਕਟ ਦਿੱਤੀ ਨਹੀਂ ਉਧਰੋਂ ਕਾਂਗਰਸ ਚੋਂ ਬਰਾੜ ਆਏ ਸੀਗੇ ਉਹਨਾਂ ਨੂੰ ਉਹਨਾਂ ਨੇ ਟਿਕਟ ਦੇਤੀ ਰੁੱਸ ਗਏ ਸੀਗੇ ਇਹ ਪ੍ਰੋਤਵਾ ਜਦੋਂ ਅਲਾਈਅੰਸ ਹੁੰਦਾ ਭਾਜ ਆਪਣੇ बसपा ਦੇ ਨਾਲ ਅਕਾਲੀ ਦਲ ਦਾ ਉਦੋਂ ਸਟੇਜ ਤੇ ਬੈਠੇ ਵੀ ਨਜ਼ਰ ਆਉਂਦੇ ਸਖਵੀਰ ਬਾਦਲ ਉਹਨਾਂ ਦੇ ਨਾਲ ਪਰ ਫਿਰ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਭਾਜਪਾ ਚ ਰੱਬ ਦੇਖਣ ਲੱਗ ਗਿਆ ਸੀਗਾ ਸ਼ਾਇਦ ਅਕਾਲੀ ਦਲ ਆ ਬੈਲਟੀਟੀ ਮੁੱਕ ਗਈ ਹੋਣੀ ਆ ਰੱਬ ਵਾਲੀ ਅਕਾਲੀ ਦਲ ਦੇ ਉਦੋਂ ਨਵਾਂ ਰੀਚਾਰਜ ਕਰਾ ਲਿਆ ਇਹਨਾਂ ਨੇ ਬਿਲਕੁਲ ਹੋ ਸਕਦਾ ਹੋ ਰੀਚਾਰਜ ਹੋ ਗਿਆ ਹੋਵੇ ਭਾਈ ਪਰ ਇਹਨਾਂ ਦੇ ਨਾਲ ਹੀ ਮਤਲਬ ਹੁਣ ਨਾ ਜਿਹੜੀ ਪਾਰਟੀਆਂ ਨੇ ਉਹ ਟਿਕਟਾਂ ਦੇ ਇਹਨੂੰ ਕਾਲੀਆਂ ਬੜੀਆਂ ਨੇ ਮਤਲਬ ਪਹਿਲਾਂ ਹੁੰਦਾ ਸੀਗਾ ਵੀ ਲੀਡਰ ਜਿਹੜੇ ਨੇ ਉਹ ਐ ਕਰਦੇ ਹੁੰਦੇ ਸੀ ਮੈਨੂੰ ਫਲਾਣੀ ਥਾਂ ਤੋਂ ਟਿਕਟ ਚਾਹੀਦੀ ਕਿਤਾਬ ਹੋਇਆ ਪਿਆ ਵੀ ਪਹਿਲਾਂ ਭਾਜਪਾ ਵਾਲੇ ਜਿਹੜੇ ਆ ਉਧਰੋਂ ਦੀ ਟਿਕਟ ਮੰਗਦੇ ਰਹਿੰਦੇ ਉਹ ਕਹਿੰਦੇ ਵੀ 나ਜੀ ਹੁਣ ਤਾਂ ਟਿਕਟਾਂ ਫੁੱਲ ਹੋ ਗਈਆਂ ਸਾਡੀਆਂ ਕੋਈ ਗੱਲ ਨਹੀਂ ਗੱਠ ਜੋੜ ਵਾਲੀ ਪਾਰਟੀ ਹੈਗੀ ਉਧਰੋਂ ਲੈ ਲੈਣੋ ਟਿਕਟਾਂ ਉਹ ਕਹਿੰਦੇ ਉਧਰ ਫੁੱਲ ਹੋ ਗਈਆਂ ਕੋਈ ਨਾ ਤੀਜੀ ਗੱਠ ਜੋੜ ਲਈ ਹੈਗੀ ਉਧਰੋਂ ਲੈ ਲੈਣੋ ਜੇ ਫੇਰ ਜੇ ਫੇਰ ਵੀ ਕੱਦੀ ਵਜੇ ਇੱਕ ਹੋਰ ਪਾਰਟੀ ਦਾ ਗੱਠ ਜੋੜ ਕਰ ਲੈਣਗੇ ਐਤਕੀ ਇੱਕ ਤਾਂ ਪਾਰਟੀਆਂ ਨਹੀਂ ਸੀ ਸਾਇਲੈਂਟ ਲਾਇਨਸ ਸੀ ਕੀਤਾ ਹੋਇਆ ਹਾਂ ਉਧਰ ਚੱਲੇ ਉਹ ਸਪੋਰਟ ਸਾਡੀ ਪੂਰੀ ਹੈਣਾ ਉਹਨੇ ਵੀ ਇੱਕ ਤਾਂ ਪਾਰਟੀਆਂ ਨਹੀਂ ਹਉ ਤੇ ਜੀ ਗੱਠ ਜੋੜ ਲੈਣੇ ਹੋਗੇ ਵੀ ਲੋਕ ਭੁੱਲੇ ਜਾਣਗੇ ਹੁਣ ਭਾਜਪਾ ਪੰਜਾਬ ਲੋਕਾਂ ਲਾਈਨਸ ਵੀ ਹੈਗੇ ਆ ਬੰਦਾ ਜਾਵੇ ਤਾਂ ਜਾਵੇ ਕਿਦਰ ਬਿਲਕੁਲ ਬੰਦਾ ਕਹਿੰਦਾ ਹੁੰਦਾ ਨਾ ਆਪਣੀ ਫਰਮਾਇਸ਼ ਪਹਿਲਾਂ ਰੱਖਦੇ ਹੁੰਦੇ ਸੀਗੇ ਵੀ ਮੈਂ ਜੀ ਦੇਖੋ ਹੁਣ ਮੈਂ ਪੱਕ ਕੱਪ ਕੇ ਖਾਣਾ ਹੈ ਤੇ ਕੋਈ ਕਹਿੰਦਾ ਮੈਂ ਪੀਜ਼ਾ ਖਾਣਾ ਹੈ ਉਹ ਕਹਿੰਦਾ ਵੀ ਨਾ ਐਤ ਕੀ ਖਤਮ ਹੋ ਗਿਆ ਨਾ ਕੱਪ ਅਗਲੀ ਵਾਰੀ ਦੇਖਾਂਗੇ ਨਾ ਮਿਲੂ ਕੱਪ ਕੇ ਨਾ ਮਿਲੂਗਾ ਪੀਜ਼ਾ ਤੈਨੂੰ ਮਿਲੂਗੀ ਦਾਲ ਫੁਲਕਾ ਬਸ ਖਾਣਾ ਖਾ ਨਹੀਂ ਤਾਂ ਗਾਂ ਨੂੰ ਜਾ ਆਹੋ ਐਤ ਕੀ ਐਤ ਕੀ ਹਿਸਾਬ ਉੱਠਾ ਹੋਇਆ ਪਿਆ ਅਗਲਾ ਕਹਿੰਦਾ ਵੀ ਮੈਂ ਪੀਜ਼ਾ ਖਾਣਾ ਉਹ ਕਹਿੰਦਾ ਵੀ ਨਾ ਕਹਿੰਦਾ ਕੋਈ ਨਾ ਤੁਸੀਂ ਨਹੀਂ ਦੇਣਾ ਮੈਂ ਦੂਜੀ ਪਾਰੀ ਜਾ ਕੇ ਖਾ ਲਵਾਂਗਾ ਕੋਈ ਮੈਂ ਕੱਪ ਕੇ ਖਾਣਾ ਉਹ ਕਹਿੰਦਾ ਹੈ ਨਹੀਂਗਾ ਕੋਈ ਨਾ ਮੈਂ ਦੂਜੀ ਪਾਰੀ ਜਾ ਕੇ ਦੂਜੀ ਪਾਰੀ ਜੋ ਖਾ ਲਵਾਂਗਾ ਅਨੂ ਜੀ ਇਹ ਤਾਂ ਹੈ ਗਈ ਆ ਉਧਰ ਦੂਜੇ ਪਾਸੇ ਦੇਖੋ ਕਾਂਗਰਸ ਚ ਕੀ ਵਰਤਾਂਤ ਵਾਪਰਿਆ ਫਤਿਹਜੰਗ ਬਾਜਪਾਉਣੀ ਜਦ ਕਾਂਗਰਸ ਚ ਸੀਗੇ ਸਿੱਧੂ ਸਾਹਿਬ ਉਹਨਾਂ ਨੇ ਪਹਿਲਾਂ ਰੈਲੀਆਂ ਕਰੀਆਂ ਬਹੁਤ ਹਰੇਕ ਨੂੰ ਏਲਾਨੇ ਆਉਂਦੇ ਸੀਗੇ ਉੱਥੋਂ ਦੇ ਉੱਤੇ ਚੀਮਾ ਫਿਰ ਰੌਲਾ ਵੀ ਪੈ ਗਿਆ ਉਹਨਾਂ ਦਾ 65 ਗਿੱਲੀਆਂ ਕਰਾਉਣ ਲੱਗੇ ਫਿਰ ਉਸ ਤੋਂ ਬਾਅਦ ਕਾਦੀਆਂ ਜਾਂਦੇ ਆ ਫਤਿਹਜੰਗ ਬਾਜਵਾ ਨੂੰ ਏਲਾਨੇ ਆਉਂਦੇ ਆ ਤਰੀਫਾਂ ਦੇ ਪੂਰੇ ਪੁਲ ਬੰਦ ਦਿੰਦੇ ਆ ਉੱਥੇ ਜੀ ਮੇਰਾ ਭਰਾ ਫਿਰ ਤਾਂ ਭਰਾ ਹੋ ਜਾਂਦਾ ਨਾ ਸਟੇਜ ਤੇ ਖੜਾ ਚਾਹੇ ਮਗਰ ਬੈਠੇ ਗਾਣਾ ਯਾਰ ਕਿਹੜਾ ਇਹਨੂੰ ਗੱਡੀ ਚ ਉਤਾਰੋ ਕਿਸੇ ਹੋਰ ਨੂੰ ਬਿਠਾਓ ਜਿੱਥੇ ਅਗਲੀ ਜਗ੍ਹਾ ਜਾਣਾ ਹੈ ਨਾ ਸਟੇਜ ਤੇ ਖੜੇ ਭਰਾ ਹੁੰਦਾ ਮੇਰਾ ਭਰਾ ਐ ਉਹ ਇਹ ਕਰ ਦੂਗਾ ਉਹ ਕਰ ਦੂਗਾ ਪਰ ਹੁਣ ਉਹ ਚਲੇ ਗਏ ਭਾਜ ਪਹਿਲਾਂ ਤਾਂ ਰੋਲੇ ਇਹ ਵੀ ਸੀ ਵੀ ਸ਼ਾਇਦ ਕਾਦੀਆਂ ਦੀ ਚੋਣ ਲੜਨਗੇ ਭਰਾ ਦੇ ਖਿਲਾਫ ਉਹ ਚੀਜ਼ ਨਹੀਂ ਹੋਈ ਹੁਣ ਬਟਾਲੇ ਉਹ ਸੈਕਟ ਦੇਤੀ ਉਹਨਾਂ ਨੂੰ ਹੁਣ ਚੀਜ਼ ਦੇਖਣ ਵਾਲੀ ਹੈ ਵੀ ਸਿੱਧੂ ਸਟਾਰ ਪ੍ਰਚਾਰ ਕੇ ਵੀ ਹੈਗੇ ਕਾਂਗਰਸ ਦੇ ਹੁਣ ਜਦੋਂ ਬਟਾਲੇ ਜਾ ਕੇ ਉਹ ਅਸ਼ਵਨੀ ਸ਼ੇਖੜੀ ਦੇ ਲਈ ਪ੍ਰਚਾਰ ਕਰਨਗੇ ਉੱਥੇ ਪ੍ਰਤਾਪ ਬਾਜ ਆਪਣੇ ਫਤਿਹਜੰਗ ਬਾਜ ਬਾਰੇ ਕੀ ਕਹਿਣਗੇ ਕਿਉਂਕਿ ਪਹਿਲਾਂ ਤਾਂ ਮੇਰਾ ਭਰਾ ਇਹ ਨਹੀਂ ਇਹ ਕਰ ਦੂ ਉਹ ਕਰ ਦੂ ਹੁਣ ਉੱਥੇ ਜਾ ਕੇ ਕਹਿਣਗੇ ਵੀ ਇਹ ਤਾਂ ਬੰਦਾ ਹੀ ਹੈ ਇਹ ਜੀ ਇਹ ਤਾਂ ਬੰਦਾ ਹੀ ਕਰਾਵਾ ਇਹ ਚੀਜ਼ ਦੇਖ ਲੋ ਕਾਂਗਰਸ ਚ ਕੀ ਪਾਣਾ ਵਰਤ ਰਿਹਾ ਬਿਲਕੁਲ ਇਹਨਾਂ ਨੇ ਇਹ ਕੀਤਾ ਇਹਨਾਂ ਨੇ ਉਹ ਕੀਤਾ ਪਰ ਮੈਨੂੰ ਨਹੀਂ ਲੱਗਦਾ ਵੀ ਸਿੱਧੂ ਜਿਹੜਾ ਹੈ ਉਹ ਬੋਲ ਗਏ ਜਿਹੜਾ ਕੁਝ ਮਤਲਬ ਉਹ ਹੁਣ ਲੋਕੀ ਸੋਚਾਂ ਚ ਪੈ ਗਏ ਸੀਗਾ ਉਹ ਵਾਇਰਲ ਉਹੀ ਚੀਜ਼ ਹੋ ਰਹੀ ਹੈ ਜਿਹੜੀ ਉਹਨਾਂ ਨੇ ਪਹਿਲਾਂ ਬੋਲਤੀ ਉਹ ਕਹਿੰਦੇ ਨੇ ਵੀ ਜਿਹੜੀ ਪਹਿਲੀ ਬੋਲਤੀ ਉਹ ਪੱਥਰ ਤੇ ਲੀਕ ਆ ਮੁੜ ਕੇ ਭਾਵੇਂ ਜਿੱਡਾ ਮਰਜ਼ੀ ਉਹਦੇ ਤੇ ਪਾਣੀ ਪਾਈ ਚਲੋ ਉਹ ਪਰਮਿਟਦੀ ਹੁੰਦੀ ਤੇ ਉਹੀ ਸਾਬਕਾਤ ਹੋਇਆ ਜਦੋਂ ਰਾਹੁਲ ਗਾਂਧੀ ਹੁਰੀ ਆਏ ਇੱਧਰ ਤੇ ਦਰਬਾਰ ਸਾਹਿਬ ਚ ਉਹਨਾਂ ਤੋਂ ਕਿਸੇ ਨੇ ਪੱਤਰਕਾਰ ਨੇ ਪੁੱਛ ਲਿਆ ਕਹਿੰਦੇ ਵੀ ਉਧਰ ਪਈ ਅਮਰੀਕ ਸਰ ਪੂਰਬੀ ਦੇ ਵਿੱਚ ਪੂਰੀ ਟੱਕਰ ਵਾਲਾ ਮਾਹੌਲ ਬਣਿਆ ਪਿਆ ਇੱਕ ਪਾਸੇ ਵਿਕਰਮ ਮਜੀਠੀਆ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਜੀਠਿਆ ਜਿਹੜੇ ਨੇ ਉਹ ਜਤਣਗੇ ਉਹ ਭਾਰੀ ਬਹੁਮਤ ਜਿਹੜੀ ਉਧਰੋਂ ਦੀ ਲੈ ਜਾਣਗੇ ਤੇ ਫਿਰ ਉਧਰੋਂ ਦੀ ਜਦੋਂ ਇੰਨੀ ਕੁ ਚੀਜ਼ ਜਿਹੜੀ ਵਾਇਰਲ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਬਾਅਦ ਚ ਉਹਨਾਂ ਨੇ ਪੱਤਰਕਾਰ ਨੇ ਪੁੱਛਿਆ ਕਹਿੰਦੇ ਵੀ ਤੁਸੀਂ ਕੀ ਕਿਹਾ ਤੁਸੀਂ ਤਾਂ ਕਾਂਗਰਸ 'ਚ ਜੇ ਕੀ ਹੋ ਗਿਆ ਮੈਂ ਸੋਚ ਲਓ ਤੁਸੀਂ ਇੱਕ ਵਾਰ ਵੀ ਬੋਲੀ ਕਿ ਜਨਨਾ ਭਰਾਵਾ ਤੂੰ ਵੀ 5 ਮਿੰਟ ਆਪ ਕੋਰ دیے ਜਰਾ ਵਿਸਥਾਰ ਸੇ ਸੋਚੋ ਕਹਿੰਦੇ ਨਾ 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 ਮੈਂ ਨਹੀਂ ਕਿਹਾ ਮੈਂ ਨਹੀਂ ਕਿਹਾ ਮੈਂ ਤਾਂ ਨਾ ਉਹ ਕਿਹਾ ਸੀ ਉਹਨਾਂ ਕਿਤੇ ਕਹੇ ਨੇ ਕਿ ਨਾ ਮੇਰੇ ਮੂੰਹ ਸੇ ਨਿਕਲ ਗਿਆ ਮੇਰੇ ਸੇ ਗਲਤੀ ਹੋ ਗਈ ਲੋਕੜੀਆਂ ਦਿਲ ਦੇ ਜਜ਼ਬਾਤ ਤਾਂ ਫਿਰ ਬਾਹਰ ਆ ਹੀ ਜਾਂਦੇ ਹਨ ਬਿਲਕੁਲ ਉਹ ਪੱਤਰ ਬਿਲਕੁਲ ਕਿਤੇ ਭੁੱਲਣਾ ਕੀ ਹੋਵੇ ਖਬਰ ਅਕਾਲੀਆਂ ਨਾਲ ਗੱਲ ਗੋਲ ਚੱਲਦੀ ਹੋਵੀ ਕਿਤੇ ਇਧਰੋਂ ਟਿਕਟ ਅਨਾਉਂਸ ਹੋ ਗਈ ਭੁੱਲ ਗਿਆ ਹੁਣ ਉਹ ਸਿੱਧੂ ਕਹਣਾ ਸੀ ਸਿੱਧੂ ਕਹਿੰਦੇ ਉਹ ਯਾਰ ਨਹੀਂ ਕਹਿੰਦਾ ਉਹ ਕਿਹੜੀ ਪਾਰਟੀ ਦੀ ਤਾਰੀਫ ਕਰਨੀ ਹੈ ਹੁਣ ਪਾਰਟੀ ਬਦਲਾਂਦੇ ਜਦੋਂ ਤੇ ਉਧਰੋਂ ਦੀ ਦੂਸਰੇ ਪਾਸੇ ਇੱਕ ਹੋਰ ਜਗ੍ਹਾ ਤੇ ਵੀ ਇਦਾਂ ਹੀ ਹੋਇਆ ਉਧਰੋਂ ਦੀ ਉਹਨਾਂ ਨੇ ਗੱਲ ਕਰਨੀ ਸੀ ਕਿ 골ਡੀ ਦੇ ਹੱਕ ਚ ਵੀ ਭਈ ਦੇਖ ਲਓ ਜੀ ਉਹ ਵਾਲੇ ਪਾਸਿਓਂ ਦੀ ਤਾਂ ਜਿਹੜੇ ਦਲਬੀਰ 골ਡੀ ਨੇ ਖੜੇ ਨੇ ਧੂਰੀ ਤੋਂ ਉਹ ਜਿੱਤਣਗੇ ਤੇ ਕਿਸੇ ਨੇ ਤਾਰੀਫ ਕਰਨੀ ਹੋਣੀ ਆ ਕੇ ਵੀ ਭਈ ਮੈਂ ਗੱਲ ਕਰਨੀ ਆ 골ਡੀ ਦੇ ਬਾਰੇ ਉਹਨੇ ਬਹੁਤ ਵਧੀਆ ਕੰਮ ਕੀਤਾ ਉਹ ਕਹਿੰਦੇ ਆ ਬੜਿਆ ਹੀ ਨਹੀਂ ਸਾਡੇ ਆ ਕੇ ਇਹ ਆ ਉਹ ਉਹਨਾਂ ਬਾਅਦ ਚ ਬਦਲ ਲਗਾ ਵੀ ਉਹ ਹੋ ਐਮਪੀ ਪਰ ਮਤਵਨ ਕਹਿਣਾ ਸੀ ਨਹੀਂ ਆਇਆ ਵੀ ਐਮਪੀ ਨਹੀਂ ਆਇਆ ਸਾਡੇ ਮੈਂ ਤਾਂ ਦਲਵੀਰ ਵੀ ਬਚਾਉ ਉਹ ਤਾਂ ਬਿਆਨ ਦੇ ਜਾਂਦਾ ਦਲਵੀਰ ਗੋਲੜੀ ਕਹਿੰਦੇ ਕੋਈ ਇੱਕ ਬੰਦਾ ਕਹਿ ਦੇਵੇ ਵੀ ਜੇ ਮੈਂ ਵਿਕਾਸ ਨਹੀਂ ਕਰਿਆ ਹਲਕੇ ਦੇ ਵਿੱਚ ਮੈਂ ਸਿਆਸਤ ਛੱਡ ਦੂੰਗਾ ਅਗਲੇ ਨੇ ਉਹਨੇ ਹੀ ਕੱਟ ਕੇ ਉਹ ਚਲਾ ਦੇਣੀ ਵੀ ਆ ਦੇਖੋ ਜੀ ਅੱਛਾ ਦਲਵੀਰ ਗੋਲੜੀ ਹੂੰ ਟੈਨਸ਼ਨਾਂ ਚ ਭਾਈ ਵੀ ਇਹ ਤਾਂ ਮੀ ਤੋਂ ਕੰਮ ਵੀ ਕਰੂੰਗਾ ਰਹਾ ਕਿ ਮੇਰੇ ਉਲਟ ਕਾਦੇ ਬੋਲ ਗਿਆ ਇਹ ਵੀ ਕਿਤੇ ਪਾਰਟੀ ਦਾ ਨਹੀਂ ਪਤਾ ਲੱਗਿਆ ਜਿਹੜਾ ਕੋਈ ਚੱਲ ਰਿਹਾ ਬਿਲਕੁਲ ਅੱਛਾ ਸ਼ਬਦਾਂ ਦਾ ਹੀਰ ਫਿਰ ਬਹੁਤ ਹੁੰਦਾ ਜਦੋਂ ਵੀ ਬੱਸ ਤੇਰੀ ਸੋਚ ਤੇ ਪੈਰਾ ਧਿਆਨ ਗਠੋ ਕੇ ਫਰਾਂ ਆਟਮ ਕਾਣਾ ਪਤਾ ਨਹੀਂ ਕੀ ਕੀ ਉਹਦੇ ਹੁੰਦੇ ਨੇ ਤਾਂ ਉਦਾਂ ਹੀ ਫਿਰ ਇੱਕ ਬੋਲਦਾ ਹੁੰਦਾ ਵੀ ਫਰਾਂੀ ਪਾਰਟੀ ਉਹ ਕਹਿੰਦੇ ਜਿੰਦਾਬਾਦ ਸਾੜਾ 6 ਜਿੰਦਾਬਾਦ ਇਹਦਾ ਕਰਦੇ ਹੁੰਦੇ ਤਾਂ ਐਦਾਂ ਹੀ ਕਿਤੇ ਉਹਨਾਂ ਨੇ ਪਹਿਲੇ ਦੋਕ ਵਾਰ ਕਿਹਾ ਸੀ सीएम ਚਰਨਜੀਤ ਸਿੰਘ ਚੰਨੀ ਕਹਿੰਦੇ ਜਿੰਦਾਬਾਦ ਫਿਰ ਕਹਿੰਦੇ ਸੀ सीएम ਚਰਨਜੀਤ ਸਿੰਘ ਚੰਨੀ ਕਹਿੰਦੇ ਜਿੰਦਾਬਾਦ ਕਹਿੰਦੇ ਪੰਜਾਬ ਸਰਕਾਰ ਮਰਦਾਬ ਬਾਚੇ ਕੋ ਦਜਰ ਦੇਖਣ ਵੀ ਆ ਕਿ ਹੋ ਗਿਆ ਇਹ ਚੀਜ਼ ਬਹੁਤ ਹੁੰਦੀ ਹੈ ਪਰ ਨੇ ਕਨਫਿਊਜ਼ ਹੋ ਜਾਂਦੇ ਨੇ ਕਿਉਂਕਿ ਨਾਰੇ ਲਾਉਣੇ ਵਾਲੇ ਬਹੁਤ ਹੁੰਦੇ ਆ ਇੱਕ ਇੱਕ ਪੱਕੀ ਡਿਊਟੀ ਬੰਨੀ ਹੁੰਦੀ ਆ ਵੀ ਤੈਂ ਜਿੰਦਾਬਾਦ ਵਾਲੇ ਲਾਉਣੇ ਆ ਦੱਸ ਦਿੰਦੇ ਆ ਵੀ ਇਹ ਜਿੰਦਾਬਾਦ ਵਾਲਾ ਨਾਰਾ ਲਾਊਗਾ ਇਹਨੇ ਮੁਰਦਾਬਾਦ ਵਾਲਾ ਲਾਉਣਾ ਬਿਲਕੁਲ ਮੈਨੂੰ ਲੱਗਦਾ ਇਸੇ ਸ਼ਰਾਰਤੀ ਬੜਿਆ ਹੋਣਾ ਕੋਈ ਬੀਚ ਨਾ ਕਿਉਂਕਿ ਕਿਉਂਕਿ ਉਹਨਾਂ ਨੇ ਇੱਕ ਵਾਰ ਤਾਂ ਹੋਇਆ ਉਹਨਾਂ ਨੇ ਫਿਰ ਦੁਬਾਰਾ ਕਿਹ ਦੁਬਾਰਾ ਕਰਦੇ ਆ ਫਿਰ ਕਹਿੰਦੇ ਵੀ ਪੰਜਾਬ ਸਰਕਾਰ ਫਿਰ ਕਹਿੰਦੇ ਮੁਰਦਾਬਾਦ ਕਿਉਂਕਿ ਇੰਨੇ ਕੱਟ ਦੀ ਤੁਸੀਂ ਵੀ ਖੜੇ ਕਹਿ ਦੋਗੇ ਨਾ ਉਹੀ ਤੁਸੀਂ ਕਾਂਗਰਸ ਵਾਲਿਆਂ ਦੇ ਵਿੱਚ ਕਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਕਹਿੰਦਾ ਜਿੰਦਾਬਾਦ ਹੈ ਨਾ ਤੁਸੀਂ ਵਿੱਚ ਖੜੇ ਕਹਿ ਦੋ ਜਿੰਦਾਬਾਦ ਸਾਰੇ ਜਿੰਦਾਬਾਦ ਹੀ ਕਹਿ ਦੇਣਾ ਲੋਕਾਂ ਨੇ ਇਹ ਦੇਖਣਾ ਵੀ ਕੀ ਆਵਾਜ਼ ਆਈ ਹੈ ਉਹਨਾਂ ਨੇ ਉਹੀ ਬੋਲਣੀ ਹੈ ਇਹ ਦੇਖਣਾ ਵੀ ਸਹੀ ਗੱਲ ਰਹੀ ਹੈ ਕਿ ਗਲਤ ਗੱਲ ਰਹੀ ਹੈ ਜਿਹੜਾ ਉੱਚੀ ਬੋਲ ਗਿਆ ਜਿਹਦਾ ਸੁਰਜਾ ਮਿਲ ਗਿਆ ਬਸ ਉਹ ਤੁਹਾਨੂੰ ਹੀ ਕਹਿ ਦੇਣਾ ਜਿੰਦਾਬਾਦ ਉਧਰੋਂ ਭਾਵੇਂ ਉਹਦੇ ਪਤਲਾ ਲਈ ਖੜੇ ਹੋਣ ਕਿਸੇ ਲੀਡਰ ਉਧਰੋਂ ਉਹਦੀ ਉਹ ਜਿੰਦਾਬਾਦ ਕਰਦੇ ਨਾ ਬਿਲਕੁਲ ਅੱਛਾ ਕੱਲ ਜਿਹੜਾ ਮਾਹੌਲ ਬਣਿਆ ਜਦੋਂ ਰਾਹੁਲ ਗਾਂਧੀ ਆਏ ਤਾਂ ਉ ਹੋ ਜੂਵੇ ਤੇ ਹੋ ਜਾਣਾ ਚਾਹੀਦਾ ਤੇ ਕਹਿੰਦੇ ਵੀ ਇਹਨਾਂ ਨੇ ਸੌ ਖਾਦੀ ਐ ਰਾਹੁਲ ਗਾਂਧੀ ਕਹਿੰਦੇ ਸ਼ੁਰੂਆਤ ਦੇ ਵਿੱਚ ਵੀ ਜੇ ਕਿਤੇ ਸੀਐਮ ਚਰਨਜੀਤ ਸਿੰਘ ਚੰਨੀ ਦਾ ਨਾਮ ਐਲਾਨ ਦਿੱਤਾ ਵੀ ਸੀ ਇਹਾਂ ਉਮੀਦਵਾਰੇ ਹੋਣਗੇ ਤਾਂ ਫਿਰ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਇਹ ਨਹੀਂ ਹੈਗਾ ਵੀ ਬਗਾਵਤ ਕਰ ਦੇਣਗੇ ਕੁਝ ਹੋ ਜਾਊਗਾ ਕਹਿੰਦੇ ਪੂਰਾ ਦਮ ਭਰਣਗੇ ਇੱਕ ਦੂਜੇ ਦੀ ਗੱਲ ਦੇ ਵਿੱਚ ਉਹ ਕਹਿੰਦੇ ਵੀ ਜੇ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਐਲਾਨਤਾ ਤਾਂ ਸੀਐਮ ਚਰਨਜੀਤ ਸਿੰਘ ਚੰਨੀ ਪੂਰਾ ਦਮ ਭਰਣਗੇ ਉਹਨਾਂ ਦੇ ਨਾਲ ਦੇ ਵਿੱਚ ਹੁਣ ਉਹ ਸੌ ਖਾਦੀ ਹੈ ਕਿ ਖਵਾਈਆ ਉਹ ਪਗਲ ਕਰਦੇ ਸੀ ਪਤਾ ਨਹੀਂ ਬਿਲਕੁਲ ਉਹੀ ਆ ਵੀ ਮੈਂ ਤਾਂ ਕੱਲ ਦਾ ਹੀ ਸੋਚਿਆ ਨਾ ਕਿਉਂਕਿ ਐਦਾਂ ਹ ਖੋਦ ਕਹਿ ਦੇਵੇ ਜਿੱਦਾਂ ਇਹਨਾਂ ਚ ਤੜੰਗ ਚੱਲਦੀ ਹੈ ਨਾ ਵੀ ਬੰਦਾ ਖੋਦ ਕਹਿ ਦੇਵੇ ਵੀ ਨਹੀਂ ਤੁਸੀਂ ਬਣਾ ਦਿਓ ਇਹਨੂੰ ਮੈਂ ਇਹਦਾ ਸਾਥ ਦਵਾਂ ਇਸ ਗੱਲ ਦਾ ਯਕੀਨ ਜਮ ਨਹੀਂ ਹੋ ਰਿਹਾ ਹਾਲ ਦੀ ਘੜੀ ਰਾਹੁਲ ਗਾਂਧੀ ਨੇ ਖੋਦ ਭਾਵੇਂ ਸੌਂ ਖਵਾ ਤੀ ਵੀ ਇੱਥੇ ਧਰੋ ਹੱਥ ਸੌਂ ਖਾਓ ਮੇਰੇ ਕੋਲ ਬਹਿ ਕੇ ਵੀ ਜੇ ਮੈਂ ਦੂਜੇ ਨੂੰ ਨਾਸ਼ਤਾ ਘੱਟੋ ਘੱਟ 20 ਫਰਵਰੀ ਤੱਕ ਇਕੱਠੇ ਰਹੋ 20 ਫਰਵਰੀ ਤੋਂ ਬਾਅਦ ਜਿਹੜਾ ਕੁਝ ਮਰਜ਼ੀ ਕਰਿਓ ਮੇਰੇ ਵੱਲੋਂ 20 ਫਰਵਰੀ ਤੱਕ ਤੁਸੀਂ ਇਕੱਠੇ ਰਹਿਣਾ ਬਿਲਕੁਲ ਪਰ ਇਹ ਗੱਲ ਹੈ ਵੀ ਇੱਥੇ ਜੁੜਦੇ ਵੀ ਜੇ ਕਿਤੇ ਸ਼ੁਲਮਾਨ ਲੋਬੀ ਜਿਵੇਂ ਸੇਮ ਚਰਨਜੀਤ ਸਿੰਘ ਚੰਨੀ ਹੋਰੀ ਨੇ ਜਿਹੜੇ ਉਹ ਸਟੇਜ ਦੇ ਉੱਤੇ ਫਿਰ ਉਹ ਨਵਜੋਤ ਸਿੱਧੂ ਨੂੰ ਵੀ ਬੁਲਾ ਲੈਂਦੇ ਨੇ ਦੋ ਜਣੇ ਹੋਰ ਵੀ ਨਾਲ ਖੜ ਜਾਂਦੇ ਨੇ ਆ ਕਿ ਵੀ ਫਿਰ ਕਹਿੰਦੇ ਨੇ ਜੱਫੀ ਪਾਲਣਦੇ ਨੇ ਵੀ ਆ ਦੇਖੋ ਅਸੀਂ ਤਾਂ ਇਕੱਠੇ ਆ ਵੀ ਯਾ ਤਾਂ ਫਿਰ ਤੁਸੀਂ ਪਹਿਲਾਂ ਝੂਠ ਬੋਲੀ ਜਾਂਦੇ ਹੋ ਵੀ ਪਹਿਲਾਂ ਤੁਸੀਂ ਉਦਾਂ ਹੀ ਲੋਕਾਂ ਨੂੰ ਦੱਸੀ ਜਾਂਦੇ ਹੋ ਵੀ ਜਿਹੜੀ ਵਿਰੋਧੀ ਤਿਰਾਲੀ ਉਹ ਵੋਟ ਸਾਨੂੰ ਹੀ ਪੈ ਜਾਵੇ ਜਿਹੜੀ ਹੱਕ ਵਾਲੀ ਉਹ ਵੀ ਸਾਨੂੰ ਹੀ ਪੈ ਜਾਵੇ ਇਸ ਕਰਕੇ ਤੁਸੀਂ ਇੱਕ ਦੂਜੇ ਨੂੰ ਭੰਡੀ ਜਾਂਦੇ ਹੋ ਆ ਵੀ ਇੱਕ ਤਰੀਕਾ ਜਿਹਾ ਅਪਣਾਇਆ ਹੋਵੇ ਪਹਿਲਾਂ ਵੀ ਹੁਣ ਜੇ ਤੁਸੀਂ ਕਹਿੰਦੇ ਵੀ ਅਸੀਂ ਇਕੱਠੇ ਆ ਤਾਂ ਫਿਰ ਪਹਿਲਾਂ ਕੀ ਸੀ ਇਹ ਤੁਸੀਂ ਇਹ ਤਾਂ ਚੀਜ਼ਾਂ ਇਹ ਹਨਾ ਰਾਹੁਲ ਗਾਂਧੀ ਉਹਨਾਂ ਦੇ ਸਾਹਮਣੇ ਦਿਖਾਤੀ ਉਹਨਾਂ ਨੇ ਆਪਸ ਦਾ ਚਾਲਦੇ ਨਹੀਂ ਝੂਠੀ ਸੋਹਣੀ ਆਪਸ ਦਾ ਚਾਲਦੇ ਆ ਵੀ ਨਹੀਂ ਸਿੱਧੂ ਕਹਿੰਦਾ ਮੈਂ ਬਣਨਾ ਚੰਨੀ ਨੂੰ ਪਤਾ ਵੀ ਮੈਂ ਬਣੂਗਾ ਜੇ ਮੈਂ ਨਹੀਂ ਬਣੂਗਾ ਇਹਨੂੰ ਬਣਾਉਣਗੇ ਮੈਂ ਟੜਿੰਗ ਹੋਊਗਾ ਜਾਣ ਕੇ पाली <laughs> ਬੀਕ ਬੀਕ ਮੈਂ ਨੰਬਰ ਬਣਾ ਲਿਆ ਜਿਵੇਂ ਹੁੰਦਾ ਨਹੀਂ ਜਵਾਕ ਨੂੰ ਵੀ ਮੈਂ ਵਧੀਆ ਸਿਆਣਾ ਲੱਗਾਂ ਰਿਸ਼ਤੇਦਾਰਾਂ ਦੇ ਸਾਹਮਣੇ ਅਗਲਾ ਕਹੇ ਵੀ ਤੁਹਾਡਾ ਤਾਂ ਮੁੰਡਾ ਹੀ ਬਹੁਤ ਸਿਆਣਾ ਸਾਡੇ ਜਵਾਕ ਇਹ ਜਿਹੇ ਹੈ ਹੀ ਨਹੀਂ ਗੇ ਬੇਡਾ ਸਿਆਣਾ ਮੁੰਡਾ ਤੁਨਾ ਉਹ ਚੀਜ਼ ਕਰੀ ਉਹਨਾਂ ਨੇ ਚੁੱਪ ਖੜੇ ਆਪਦੇ ਟੌਰ ਨਾਲ ਸਿੱਧੂ ਮੇਰਾ ਵੱਡਾ ਭਰਾ ਭਾਰਤਾਸ਼ੂ ਤੂੰ ਵੀ ਆ ਜਾ ਤੂੰ ਵੀ ਮੇਰਾ ਵੱਡਾ ਭਾਈ ਸਾਰੀ ਕਤਾਰ ਲੱਗੀ ਪਈ ਆ ਸਾਰੀ ਮੇਰੇ ਵੱਡੇ ਭਾਈ ਨੇ ਕਹਿੰਦੇ ਆਜੋ ਜੱਫੀ ਪਾਉਣਿਆਂ ਉੱਠ ਕੇ ਦੋ ਤਿੰਨ ਕੇ ਗਏ ਨੇ ਬਾਕੀ ਉੱਠੇ ਨਹੀਂ ਗੇ ਸਿਆਣੇ ਜੇ ਬਣ ਕੇ ਦਿਖਾ ਦੋ ਨੇ ਵੀ ਮੈਂ ਤਿਆਰ ਹਾਂ ਜਿਹੜਾ ਮਰਜੀ ਜਿਆਦਾ ਸਿਆਣਾ ਤੇ ਫਿਰ ਉਹ ਕਹਿੰਦੇ ਵੀ ਠੀਕ ਹੈ ਤੁਸੀਂ ਮਤਲਬ ਉਹ ਕਹਿੰਦੇ ਵੀ ਮੈਂ ਇਲੈਕਸ਼ਨ ਨਹੀਂ ਲੜਨਿਆ ਉਹ ਚਾਹੇ ਸ਼ਾਂਤੋ ਗਬੈਰੂ ਚਲੋ ਅਗਲੇ ਵੀ ਉਹਨਾਂ ਦੇ ਘਰ ਮਣੀ ਜਾਂਦੇ ਫਿਰ ਉਹਨਾਂ ਨੇ ਕਿਹਾ ਜਿਆਦਾ ਰੋਲੇ ਵਟੇ ਨੂੰ ਛੱਡੋ ਪਰੇ ਉਧਰ ਨੂੰ ਠੀਕ ਹੈ ਉਹ ਜਿਆਦਾ ਸਿਆਣੇ ਲੱਗਦੇ ਉਹ ਤਾਂ ਮੈਂ ਸੋਣਿਆ ਬਾਹਰ ਨੂੰ ਵੀ ਚਲੇ ਗਏ ਹਾਂ ਬਾਹਰ ਨੂੰ ਚਲੇ ਗਏ ਉਹ ਉਹ ਨਜ਼ਾਰੇ ਲੈ ਰਿਹਾ ਆਪਣੇ ਬਾਹਰ ਪਤਨਗੀ ਜਿਹੜੀ ਵੀ ਕੰਟਰੀ ਬਰਬਰ ਦੇ ਨਜ਼ਾਰੇ ਲੈਣ ਨੂੰ 스ਨੋ ਫਾਲ ਦੇ ਨਜ਼ਾਰੇ ਲੈਣ ਲੱਗ ਗਏ ਉਹਨਾਂ ਨੂੰ ਪਤਾ ਵੀ ਉਹਰੇ ਕੀ ਕਰਨਾ ਟਿਕਟ ਮੈਨੂੰ ਮਿਲੀ ਨਹੀਂ ਹੁਣ ਮੈਂ ਨਾ ਸੀਐਮ ਬਣਨਾ ਪ੍ਰਧਾਨ ਮੈਂ ਹੈ ਨਹੀਂ ਮੈਂ ਉਹੀ ਲੋਕਾਂ ਤੋਂ ਗਾਲਾਂ ਖਾਈਆਂ ਆਪਣਾ ਚਲੋ ਘਰ ਨੂੰ ਫੇਰ ਉਹਨਾਂ ਨੇ ਕਿਹਾ ਤਾਂ ਦਲਿਤ ਵੋਟ ਇਕੱਠੀ ਕਰਨ ਵਾਸਤੇ ਬਣਾਤਾ ਤੇ ਦੇ ਉਹਨਾਂ ਨੇ ਕਿਹਾ ਤਾਂ ਵੀ ਨਵਜੋਤ ਸਿੰਘ ਸਿੱਧੂ ਨੂੰ ਬਣਾਉਣਾ ਹੈ ਫੇਰ ਉਹਨਾਂ ਨੇ ਕਹਿਣਾ ਵੀ ਲੋਕ ਦਲਿਤ ਵਿਰੋਧੀ ਅਸੀਂ ਤਾਂ ਪਹਿਲੇ ਕਿਹਾ ਸੀ ਅਸੀਂ ਤਾਂ ਕਹਿੰਦੇ ਰਹੇ ਹਾਂ ਵੀ ਇਹ ਦਲਿਤ ਵਿਰੋਧੀ ਨੇ ਪਹਿਲਾਂ 2 ਮਹੀਨੇ ਬਣਾਉਣਗੇ 3 ਮਹੀਨੇ ਲਾਦਾ ਵੀ ਹੁਣ ਵੋਟ ਪੈ ਜਾਣੀ ਹੈ ਬਸ ਫੇਰ ਰਾਗਵ ਚੱਡਾ ਦਾ ਮੈਂ ਕਹਿੰਦਾ ਪੁੱਠੀਆਂ ਛਾਲਾ ਮਾਰੂਗਾ ਜਿਹੜਾ ਸਭ ਨੂੰ 3 ਦਿਨ ਪ੍ਰੈਸ ਕਾਨਫਰੰਸ ਕਰ ਦੰਦਾਂ ਉਹ ਵੀ ਇਹਨਾਂ ਦਾ ਵੋਟਾਂ ਖਾਤਰੇ ਬਣਾਇਆ ਉਹਨੂੰ ਜਿਹੜੇ ਕਹਣਾ ਅਸੀਂ ਨੇ ਪਹਿਲੇ ਵੀ ਬੋਲਾ ਥਾ ਮਹਾਰਾਸ਼ਟਰ ਮੇ ਬਣਾਇਆ ਥਾ ਨਾ ਵੈਸੇ ਹੀ ਸੀਐ ਉਹ ਇੱਕ ਦਿਖਾਤੀ ਵੀ ਦੇਖੋ ਜੀ ਮੈਂ 111 ਦਿਨ ਕੰਮ ਕੀਤਾ ਤੁਸੀਂ ਮੇਰਾ ਕੰਮ ਦੇਖ ਲਿਆ ਵਧੀਆ ਜੇ ਲੱਗਿਆ ਹੋਵੇ ਤਾਂ ਮੈਨੂੰ ਹੁਣ 5 ਸਾਲ ਵਾਸਤੇ ਬਣਾਓ ਮੈਂ ਫੇਰ ਕੰਮ ਕਰੂੰ ਉਧਰੋਂ ਉਹਨਾਂ ਨੇ ਕਿਹਾ ਤਾਂ ਵੀ ਮੈਨੂੰ ਭਾਈ ਕੋਈ ਵਧੀਆ ਮਤਲਬ ਨਿਰਣੈ ਲੈਣ ਵਾਲੀ ਕੋਈ ਤਾਕਤ ਦੇ ਦੇਓ ਇਹ ਨਾ ਹੋਵੇ ਵੀ ਮੈਂ ਕੋਈ ਦਰਸ਼ਨੀ ਘੋੜਾ ਬਣ ਕੇ ਰਹਿ ਜਾਵਾਂ ਤਾਂ ਮੈਂ ਚਾਹੁੰਦੇ ਦੋਨੋਂ ਹੀ ਨੇ ਫੇਰ ਦਿਖਾ ਗਏ ਵੀ ਮੈਨੂੰ 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 ਚਾਹੀਦਾ ਮੈਨੂੰ 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 ਚਾਹੀਦਾ ਤਾਂ ਉਹ ਮੈਨੂੰ ਮੈਨੂੰ ਜਿਹੜੀ ਆ ਉਹ ਹੋ ਹੀ ਜਾਣੀ ਆ ਕਦੋਂ ਤੱਕ ਹੋਈ ਜਾਣੀ ਉਹ ਜਦ ਤੱਕ ਐਲਾਨ ਨਹੀਂ ਹੁੰਦਾ ਕਿਹੜਾ ਤਰੀਕਾ ਅਪਣਾਉਂਦੇ ਨੇ ਹੁਣ ਬਸ ਉਹਦੇ ਤੇ ਨਜ਼ਰਾਂ ਟਿਕੀਆਂ ਨੇ ਬਿਲਕੁਲ ਤੇ ਮੁੱਦੇ ਮਸਲੇ ਹੋਰ ਵੀ ਬਹੁਤ ਨੇ ਨਿਗੋਣਾ ਤੇ ਵਿਮਾਰਨੀ ਸੀ ਪਰ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਂਦਾ ਅਗਲੀ ਵਾਰ ਫਿਰ ਹਾਜ਼ਰ ਹੋ ਜਾਵਾਂਗੇ ਤੇ ਸਾਰੇ ਮੁੱਦਿਆਂ ਦੇ ਨਾਲ ਤੇ ਸਾਰੇ ਮਸਲਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਦੇ ਦਿਦ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ